ਕੁਰਸੀ ਲੀਡਰ ਨੂੰ ਮਿਲਣੀ ਹੈ ਪਰ ਬੋਝ ਆਮ ਜਨਤਾ 'ਤੇ ਪੈਂਦਾ, ਉਸ ਚੀਜ਼ ਨੂੰ ਲੈ ਕੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੋਈ ਗੱਲ ਕਰਨ ਦੀ ਜ਼ਰੂਰਤ ਹੈ? ਕਿਆ ਵੀ ਤੂੰ ਸਾਡਾ MLA ਬਣ? ਨਹੀਂ, ਸੁਖਬੀਰ ਬਾਦਲ ਹੋਣਾ ਥੋੜ੍ਹਾ ਜਿਹਾ ਹੋ ਗਿਆ, ਇਸ ਕਰਕੇ ਆਪਾਂ ਸਿਆਸਤ 'ਚ ਆ ਗਏ, ਮਾਰ ਮਾਰ ਉਹ ਗੱਲਾਂ ਕਰਦੇ ਚੰਗੇ ਨਹੀਂ। ਜੀ ਜੀ, ਉਹਨੂੰ ਚੈਲੰਜ ਕਰ ਦਿੱਤਾ ਗਿਆ, ਕਹਿੰਦੇ ਆ ਗਾਡਰ ਵਰਗਾ ਮੁੰਡਾ ਪੁਲਿਸ ਵਾਲੇ ਦਾ ਪਿਸ਼ਾਬ ਕੱਢ ਦੂੰ। ਪੰਗੇ ਤਾਂ ਯਾਰ ਜਿੱਦਣ ਦੇ ਜੰਮੇ ਆ ਪੰਗੇ ਹੀ ਲੈ ਲੈ ਇੱਥੇ ਪਹੁੰਚੇ, ਲੇਕਿਨ ਚੋਣ ਰਾਣਾ ਇੰਦਰ ਪ੍ਰਤਾਪ ਸਿੰਘ ਲੱਗ ਰਿਹਾ ਪੁੱਤਰ ਪੁੱਤਰ ਪਰ ਝੋਲੀ 'ਚ ਪਵਾਈ ਨਹੀਂ ਤੁਸੀਂ ਅਜੇ ਕਾਂਗਰਸ ਹੈ ਹੀ ਕਾਂਗਰਸ ਦੀ ਸੀ। ਲੀਡਰ ਨੂੰ ਪਹਿਲਾਂ ਠੀਕ ਲੱਗਦਾ ਕਿ ਮੈਂ ਹੁਣ ਵਿਧਾਨ ਸਭਾ ਲੜਨੀ ਹੈ, ਫਿਰ ਉਹ ਠੀਕ ਲੱਗਦਾ ਨਹੀਂ ਨਹੀਂ ਮੈਂ ਤਾਂ ਪਾਰਲੀਮੈਂਟ ਲੜਨੀ ਹੈ, ਫਿਰ ਜੋ ਵਿਧਾਨ ਸਭਾ ਆਏ ਉਹਨੂੰ ਕਿਵੇਂ ਲੱਗਦਾ ਕਿ ਨਹੀਂ ਮੈਂ ਹੁਣ ਵਿਧਾਨ ਸਭਾ ਫਿਰ ਲੜ ਲਾਂ ਮੰਤਰੀ ਬਣ ਜੂੰ, ਬੋਝ ਤਾਂ ਆਮ ਜਨਤਾ 'ਤੇ ਪੈਂਦਾ। ਇੱਕ ਦੇਖੋ ਮੈਂ ਤੁਹਾਨੂੰ ਦੱਸਾਂ ਕਿੱਥੇ ਕੁ ਸਟੈਂਡ ਕਰਦੀ ਹੈ ਅਤੇ ਕਾਂਗਰਸ ਦਾ ਮੁਕਾਬਲਾ ਕਿਹਦੇ ਨਾਲ ਹੋਣ ਵਾਲਾ? ਦੇਖੋ ਇਹ ਤਾਂ ਸਮੇਂ ਦੱਸੂਗਾ। ਅਕਾਲੀ ਦਲ ਦਾ ਜਿਹੜਾ ਬਗਰਾੜੀ ਬੇਅਦਬੀ ਉਹ ਤੋਂ ਜਾਣ ਨਹੀਂ ਚੁੱਕੀ, ਅਕਾਲੀ ਦਲ BJP ਦਾ ਗੱਠਜੋੜ ਹੋ ਰਿਹਾ ਸੀਗਾ ਆਲਮੋਸਟ ਫਾਈਨਲ, ਲੇਕਿਨ ਕਿਸਾਨਾਂ ਨੇ ਫਿਰ ਅੰਦੋਲਨ ਛੇੜ ਦਿੱਤਾ ਅਤੇ ਅਕਾਲੀ ਦਲ ਨੇ ਸੋਚਿਆ ਕਿ ਸਾਨੂੰ ਫਾਇਦਾ ਨਹੀਂ ਲੈਣਾ ਗੱਠਜੋੜ ਦਾ, ਅਤੇ ਅਗਨੀਵੀਰ ਬਣਾਤੇ। ਅਤੇ ਯਾਰ ਉਹ ਦੇਖੋ ਕਿੱਡਾ ਵੱਡਾ ਇੱਕ ਬੱਚੇ ਦਾ ਜਾਂ ਆਪਣੇ ਮੁਲਕ ਦੇ ਲੋਕਾਂ ਦਾ ਵਿਸ਼ਵਾਸਘਾਤ ਆ, ਹਾਫ ਹਾਰਟਡਲੀ ਬਣਦੇ ਲੋਕ ਅਗਨੀਵੀਰ, ਕੋਈ ਖੁਸ਼ੀ ਨਾਲ ਨਹੀਂ ਬਣਦੇ, ਕੋਈ ਹੋਰ ਕਰਨ। ਮੈਂ ਕਹਿੰਦਾ ਹੋ ਜੇ ਪਰ ਰੱਬ ਨਾ ਕਰੇ ਜੇ ਕਿਤੇ ਡਿੱਕਾ ਆਉਂਦਾ ਫਿਰ ਰਾਣਾ ਜੀ ਦਾ ਕੀ ਸਟੈਂਡ ਹੋਏਗਾ? ਫਿਰ ਮੁੱਖ ਮੰਤਰੀ ਫਿਰ ਤਾਹਣੂ ਪ੍ਰਧਾਨ ਮੰਤਰੀ ਵਾਲੇ ਪਾਸੇ ਨੂੰ ਸੁਪਨੇ ਆਉਣ ਲੱਗ ਜਾਂਦੇ ਬੰਦੇ ਨੂੰ, ਕਿੱਥੇ ਸਰਦਾ? ਅਤੇ ਮੰਤਰੀ ਤੱਕ ਤੁਸੀਂ ਪਹੁੰਚ ਗਏ, ਕਦੇ ਜ਼ਹਿਨ 'ਚ ਇਹ ਤਮਾ ਹੈ ਹਲੇ ਕਿ ਯਾਰ ਕੁਰਸੀ ਵਿਚਾਲੜੀ 'ਤੇ ਵੀ ਬਹਿਣਾ ਕਦੇ? ਦੇਸ਼ 'ਚ ਸਿਆਸੀ ਮਾਹੌਲ ਗਰਮਾ ਚੁੱਕਿਆ, ਲੋਕ ਸਭਾ ਚੋਣਾਂ ਦਾ ਖੁਮਾਰ ਛਾਉਂਦਾ ਜਾ ਰਿਹਾ, ਹਰ ਪਾਸੇ ਜੋੜ ਤੋੜ, ਸੀਟਾਂ ਦੀ ਉਡੀਕ ਅਤੇ ਜਿੱਤ ਦੀ ਤਿਆਰੀ, ਆਪਣਾ ਆਪਣਾ ਜ਼ੋਰ ਹਰ ਕੋਈ ਪਾਰਟੀ ਵੱਲੋਂ ਲਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਹਾਲ ਫਿਲਹਾਲ ਦੀ ਘੜੀ ਤਾਂ ਲੀਡਰ ਟਿਕਟਾਂ ਦਾ ਜੋੜ ਤੋੜ ਕਰਨ 'ਚ ਰੁੱਝੇ ਨੇ ਅਤੇ ਦੂਜੇ ਪਾਸੇ ਸਿਆਸੀ ਪਾਰਟੀਆਂ ਇਹ ਤੋਲਮੋਲ ਕਰ ਰਹੀਆਂ ਨੇ ਕਿ ਭਾਈ ਟਿਕਟ ਦੇਣੀ ਕਿਹਨੂੰ ਆ, ਸਾਡੇ ਵਾਲਾ ਠੀਕ ਹੈ ਕਿ ਕਿਸੇ ਹੋਰ ਵਾਲੇ ਪਾਸੋਂ ਲੈ ਕੇ ਆਈਏ ਤਾਂ ਕਿ ਸੀਟ ਜਿੱਤੀ ਜਾ ਸਕੇ? ਸਿਰ ਧੜ ਦੀ ਬਾਜ਼ੀ ਵਾਲੇ ਹਾਲਾਤ ਜਿਹੜੇ ਨੇ ਉਹ ਲੋਕ ਸਭਾ ਚੋਣਾਂ ਦੇ ਵਿੱਚ ਲੱਗੇ ਹੋਏ ਨੇ। ਤਾਂ ਇੱਕ ਸਿਆਸੀ ਖਿਡਾਰੀ ਦੇ ਘਰ ਪਹੁੰਚੇ ਆ, ਸਿਆਸੀ ਖਿਡਾਰੀ ਰਾਣਾ, ਰਾਣਾ ਤੋਂ ਸਭ ਸਮਝ ਗਏ ਹੋਣਗੇ, ਰਾਣਾ ਗੁਰਜੀਤ ਸਿੰਘ। ਰਾਣਾ ਗੁਰਜੀਤ ਸਿੰਘ ਦੇ ਚੰਡੀਗੜ੍ਹ ਵਾਲੇ ਘਰ ਦੇ ਵਿੱਚ ਅਸੀਂ ਮੌਜੂਦ ਹਾਂ, ਜਿੱਥੇ ਸਿਆਸਤ ਦੇ ਖਿਡਾਰੀ ਨੇ ਉੱਥੇ ਵੱਡੇ ਬਿਜ਼ਨਸਮੈਨ ਵੀ ਨੇ ਅਤੇ ਵੱਡੇ ਕਿਸਾਨ ਵੀ ਨੇ। ਫਿਲਹਾਲ ਰਾਣਾ ਗੁਰਜੀਤ ਸਿੰਘ ਦੇ ਸ਼ਾਹੀ ਠਾਠ ਨੇ ਔਰ ਇਹ ਤੁਸੀਂ ਉਹਨਾਂ ਦੇ ਸੈਕਟਰ 4 ਵਾਲਾ ਘਰ ਦੇਖ ਰਹੇ ਹੋ, ਪਰ ਇਹ ਸੈਕਟਰ 4 ਦੇ ਇਸ ਸ਼ਾਹੀ ਠਾਠ ਵਾਠ ਵਾਲਾ ਰਾਜਸੀ ਜ਼ਿੰਦਗੀ ਜਿਉਣ ਵਾਲਾ ਰਾਣਾ ਗੁਰਜੀਤ ਸਿੰਘ ਸਿਆਸਤ ਦੇ ਚੱਕਰ 'ਚ ਪਿਆ ਹੋਇਆ ਹੈ ਕਿ ਸਿਆਸਤ ਦਾ ਐਸਾ ਕੀ ਮੋਹ ਹੈ ਕਿ ਕਹਿੰਦੇ ਨੇ ਕਿ ਇਸ ਸਭ ਦੇ ਨਾਲੋਂ ਸਿਆਸਤ ਬਹੁਤ ਜ਼ਰੂਰੀ ਹੈ। ਹਾਲਾਂਕਿ ਸਿਆਸਤ ਦੇ ਵਿੱਚ ਗਰਮੀ ਸਰਦੀ ਲੋਕਾਂ ਨੂੰ ਜਾ ਕੇ ਹੱਥ ਵੀ ਜੋੜਨੇ ਪੈਂਦੇ ਨੇ, ਰਾਣਾ ਜੀ ਸਹੀ ਕਹਿ ਰਹੇ ਕਿ ਗਲਤ ਕਹਿ ਰਹੇ? ਬਰਾੜ ਸਾਹਿਬ ਆਹ ਸ਼ਾਹੀ ਠਾਠਵਾੜ ਦਾ ਮੈਂ ਦੇਖ ਰਿਹਾ
ਪਰ ਸ਼ਾਹੀ ਠਾਠਵਾਠ ਦੇ ਦੌਰਾਨ ਜਾ ਕੇ ਜਦੋਂ ਇੱਕ ਲੀਡਰ ਦੇ ਤੌਰ 'ਤੇ ਹੱਥ ਬੰਨਣੇ ਪੈਂਦੇ ਆ, ਠੀਕ ਲੱਗਦਾ? 25 ਸਾਲ ਹੋ ਗਏ ਇਹ ਕੰਮ ਕਰਦਿਆਂ, ਪਰ ਮੈਂ ਜੇ ਕਹਾਂ ਕਿ ਮੈਨੂੰ ਕੋਈ ਘਰੋਂ ਲੈਣ ਆਏ ਸੀ ਲੋਕ ਕਿ ਆ ਵੀ ਤੂੰ ਸਾਡਾ MLA ਬਣ, ਨਹੀਂ, ਮੈਂ ਆਪ ਗਿਆ। ਉਹਦਾ ਕਾਰਨ ਕੋਈ ਵੀ ਰਿਹਾ ਹੋਵੇ, ਅਤੇ ਜਦੋਂ ਉਹਨਾਂ 'ਚ ਚਲੇ ਗਏ ਤਾਂ ਉਹਨਾਂ ਅਰਗੇ ਹੋ ਗਏ। ਮੇਰੇ ਹਲਕੇ 'ਚ ਆ ਕੇ ਦੇਖਿਓ। ਅੱਛਾ ਰਾਣਾ ਜੀ, ਇੱਕ ਚੀਜ਼ ਨਾ ਉਹ ਨਾ ਤਾਂ ਸਾਨੂੰ ਮਾੜਾ ਮੋਟਾ ਦਿਖਾ ਦਿਓ ਵੀ ਆ ਸ਼ਾਹੀ ਠਾਠਵਾਰ, ਜਿਹੜਾ ਲੋਕਾਂ ਨੂੰ ਵੀ ਪਤਾ ਲੱਗੇ ਕਿ ਰਾਣਾ ਗੁਰਜੀਤ ਸਿੰਘ ਦੇ ਇਹ ਸ਼ੌਂਕ। ਬੇਸਿਕਲੀ ਤਾਂ ਕਹਿੰਦੇ ਕਿ ਹਰ ਚੀਜ਼ ਦਾ ਸ਼ੌਂਕ ਹੁੰਦਾ, ਤੁਹਾਡੇ ਡਰੈਸਿੰਗ ਸੈਂਸ ਦੀ ਵੀ ਗੱਲ ਕਰ ਲਈਏ ਤਾਂ ਤੁਹਾਨੂੰ ਹਮੇਸ਼ਾ ਟਿੱਚ ਮਿੱਚ ਪੰਜਾਬੀ 'ਚ ਕਹਿ ਲਈਏ ਨਾ ਤਾਂ ਤੁਹਾਨੂੰ ਦੇਖਦੇ ਹਾਂ, ਅਤੇ ਇਹ ਸ਼ੌਂਕ ਦੀ ਚਲੋ ਆਪਣੀ ਆਪਣੀ ਗੱਲ ਹੈ, ਪਰ ਨਾਲੇ ਮੈਂ ਇੱਕ ਚੀਜ਼ ਸਮਝਣੀ ਚਾਹੂੰਗਾ ਕਿ ਇੱਕ ਵਧੀਆ ਕਾਰੋਬਾਰ, ਇੱਕ ਵਧੀਆ ਸੈਟਲ ਜ਼ਿੰਦਗੀ, ਤਾਂ ਉਸ ਜ਼ਿੰਦਗੀ ਦੇ ਦੌਰਾਨ ਸਿਆਸਤ ਦਾ ਖੁਮਾਰ ਆ ਜਿਹੜਾ ਉਹ ਕਿਵੇਂ ਛਾਇਆ ਸੀ ਰਾਣਾ ਗੁਰਜੀਤ ਸਿੰਘ ਹੋਰਾਂ 'ਤੇ? ਜਦੋਂ ਮੈਨੂੰ ਮੈਂ ਪਹਿਲਾਂ ਵੀ ਕਹਿ ਚੁੱਕਿਆ ਸੁਖਬੀਰ ਬਾਦਲ ਹੋਣਾ ਥੋੜ੍ਹਾ ਜਿਹਾ ਹੋ ਗਿਆ, ਇਸ ਕਰਕੇ ਆਪਾਂ ਸਿਆਸਤ 'ਚ ਆ ਗਏ, ਵਾਰ ਵਾਰ ਉਹ ਗੱਲਾਂ ਕਰਦੇ ਚੰਗੇ ਨਹੀਂ। ਜੀ ਜੀ, ਚਲੋ ਕੋਈ ਨਹੀਂ, ਹੁਣ ਆ ਗਏ ਸਿਆਸਤ 'ਚ, ਹੁਣ ਹੈਗੇ ਆ ਜੀ। ਔਰ ਬੇਟੇ ਨੇ ਕਦੇ ਵੀ ਨਹੀਂ ਸੋਚਿਆ ਸੀ ਜੀ ਕਿ ਉਹ ਸਿਆਸਤ 'ਚ ਆਊਗਾ ਜੀ, ਅਤੇ ਹਾਲਾਤ ਇਹੋ ਜਿਹੇ ਬਣੇ, ਉਹਨੂੰ ਵੀ ਚੈਲੰਜ ਕਰ ਦਿੱਤਾ ਗਿਆ, ਕਹਿੰਦੇ ਆ ਗਾਡਰ ਵਰਗਾ ਮੁੰਡਾ ਪੁਲਿਸ ਵਾਲੇ ਦਾ ਪਿਸ਼ਾਬ ਕੱਢ ਦੂੰ, ਰਾਣੇ ਰਾਜੇ ਰਹਿਣ ਨਹੀਂ ਦੇਣਾ ਯਾਰ। ਫਿਰ ਅੰਦਰੋਂ ਜੱਟ ਜਾ ਪਿਆ ਕਰਾਂ ਕੀ, ਸੁਲਤਾਨਪੁਰ ਸੁਲਤਾਨਪੁਰ। ਫਿਰ ਮਾਲਕ ਨੇ ਕਿਰਪਾ ਕੀਤੀ, ਲੋਕਾਂ ਨੂੰ ਚੁਣ ਕੇ ਭੇਜ ਦਿੱਤਾ। ਮੈਨੂੰ ਯਾਦ ਹੈ ਜਦੋਂ ਰਾਣਾ ਇੰਦਰ ਪ੍ਰਤਾਪ ਹੋਰਾਂ ਨੂੰ ਤੁਸੀਂ ਸਿਆਸਤ 'ਚ ਲਿਆਉਣ ਦੀ ਤਿਆਰੀ ਕਰ ਰਹੇ ਸੀ, ਤਾਂ ਉਸ ਤੋਂ ਪਹਿਲਾਂ ਆਪਣੀ ਗੱਲ ਹੋਈ ਸੀ, ਅਤੇ ਤੁਸੀਂ ਹਾਲਾਂਕਿ ਕਾਂਗਰਸੀ ਕਾਂਗਰਸਮੈਨ ਹੋ, ਇੱਕ ਕਾਂਗਰਸਮੈਨ ਨੇ ਉਸ ਵੇਲੇ ਹੀ ਸਾਫ਼ ਤੌਰ 'ਤੇ ਕਹਿਤਾ ਸੀ ਕਿ ਭਾਈ ਚੋਣ ਤਾਂ ਮੁੰਡਾ ਵੀ ਲੜੂਗਾ, ਟਿਕਟ ਪਾਰਟੀ ਦੇ ਦੇ ਅਤੇ ਚਾਹੇ ਨਾ ਦੇ ਦੇ, ਮੁੰਡਾ ਲੜੂਗਾ ਵੀ ਅਤੇ ਮੁੰਡਾ ਜਿੱਤੂਗਾ ਵੀ। ਇੰਨਾ ਕੋਨਫੀਡੈਂਸ ਮਾਲਕ ਨੇ ਜਿਤਾਇਆ ਵੀ, ਇੰਨਾ ਕੋਨਫੀਡੈਂਸ ਕਿੱਥੋਂ ਆਇਆ ਯਾਰ? ਉਸ ਹਲਕੇ ਦੇ ਵਿੱਚ ਲੋਕਾਂ ਨੂੰ ਤੰਗ ਹੀ ਇੰਨਾ ਕੀਤਾ ਗਿਆ ਸੀਗਾ, ਉੱਥੇ ਦਾ ਜਿਹੜਾ MLA ਸੀ ਉਹਨੇ ਪਰਚੇ ਕਰਾਏ, ਡਰੱਗ ਵਿਕਾਈ, ਕਬਜ਼ੇ ਕੀਤੇ, ਲੋਕਾਂ ਨੂੰ ਅੰਦਰ ਕਰਾਇਆ, ਹਰ ਬੰਦੇ ਦੀ ਆਰਮ ਟਵਿਸਟਿੰਗ ਕੀਤੀ, ਅਤੇ ਉਹ ਲੋਕਾਂ ਦੀ ਡਿਮਾਂਡ ਸੀ। ਨਹੀਂ ਪਰ ਉਸ ਵੇਲੇ ਚਲੋ ਆਪਾਂ ਗੱਲ ਤਾਂ ਵੈਸੇ ਪੁਰਾਣੀ ਹੋ ਗਈ, ਉਸ ਵੇਲੇ ਤੁਸੀਂ ਕਾਂਗਰਸਮੈਨ, ਤੁਸੀਂ ਕਾਂਗਰਸੀ, ਕਾਂਗਰਸ ਦੇ ਉਮੀਦਵਾਰ, ਮੁੰਡਾ ਤੁਸੀਂ ਆਜ਼ਾਦ ਖੜਾ ਕਰਤਾ, ਉਸ ਵੇਲੇ ਆਮ ਸ਼ਾਇਦ ਕੋਈ ਲੀਡਰ ਹੋਵੇ ਤਾਂ ਉਹ ਸੋਚਦਾ ਕਿ ਯਾਰ ਮੇਰੇ 'ਤੇ ਹੀ ਨਾ ਕੋਈ ਪੰਗਾ ਪੈ ਜੇ। ਪੰਗੇ ਤਾਂ ਯਾਰ ਜਿੱਦਣ ਦੇ ਜੰਮੇ ਆ ਪੰਗੇ ਹੀ ਲੈ ਇੱਥੇ ਪਹੁੰਚੇ ਆ, ਇਹ ਤਾਂ ਜ਼ਿੰਦਗੀ ਸੋਚਿਆ ਹੀ ਕਦੇ ਨਹੀਂ ਕਿ ਯਾਰ ਪੰਗਾ ਨੁਕਸਾਨ ਨਫ਼ਾ, ਇਹ ਜ਼ਿੰਦਗੀ ਦਾ ਹਿੱਸਾ, ਨਫੇ ਨੁਕਸਾਨ ਹੋ ਜਾਂਦੇ ਆ, ਕੋਈ ਠੀਕ ਨਹੀਂ, ਜੇ ਨਫੇ ਹੁੰਦੇ ਤਾਂ ਨੁਕਸਾਨ ਵੀ ਹੁੰਦੇ ਆ, ਅਤੇ ਇਹ ਮਨ 'ਚ ਕਦੇ ਨਹੀਂ ਧਾਰਿਆ ਕਿ ਯਾਰ ਇਸ ਚੀਜ਼ ਦਾ ਨੁਕਸਾਨ ਆ, ਕਰਨਾ ਤਾਂ ਕਰਨਾ ਆ, ਉਹ ਜੇ ਹੋ ਗਿਆ ਤਾਂ ਹੋ ਗਿਆ, ਅਤੇ ਲੱਲੂ ਕਰੇ ਬਲੀਆਂ ਰੱਬ ਸਿੱਧੀਆਂ ਪਾਵੇ, ਸਾਡੀਆਂ ਤਾਂ ਸਿੱਧੀਆਂ ਪਾਈਆਂ ਮਾਲਕ ਨੇ, ਕੋਈ ਇਹੋ ਜਿਹੀ ਗੱਲ ਨਹੀਂ। ਰਾਣਾ ਜੀ, ਸਿਆਸਤ ਦੇ ਵਿੱਚ ਤਾਂ ਤੁਸੀਂ ਫਿੱਟ ਬੈਠਦੇ ਹੋ, ਵੈਸੇ ਵੀ ਬੜੇ ਫਿੱਟ ਰਹਿੰਦੇ ਹੋ, ਐਕਟਿਵ ਵੀ, ਮੈਨੂੰ ਲੱਗਦਾ ਮੇਰੇ ਤੋਂ ਤਾਂ ਪੂਰਾ ਜ਼ਿਆਦਾ ਐਕਟਿਵ ਹੋਵੋਗੇ, ਅਸੀਂ ਤਾਂ ਫਿਰ ਥੱਕੇ ਥੁੱਕੇ 'ਚ ਕਈ ਵਾਰੀ ਦੇਖਦੇ ਹਾਂ, ਤੁਸੀਂ ਮੈਨੂੰ ਐਕਟਿਵ ਵੀ ਦੇਖਦੇ ਆ, ਚਿਹਰੇ 'ਤੇ ਸਮਾਈਲ ਵੀ ਦੇਖਦੀ ਆ, ਆ ਪਿੱਛੇ ਵੀ ਤਾਮ ਜਾ ਮੈਂ ਵਾਹਵਾ ਦੇਖ ਰਿਹਾ, ਵਾਹਵਾ ਸਾਈਕਲ ਸੂਕਲ ਜੇ ਨਸਰੇ ਪਏ ਆ। ਇਹ ਕੋਵਿਡ ਦੌਰਾਨ ਸਾਰੇ ਬੱਚੇ ਸਾਈਕਲਿੰਗ ਕਰਦੇ ਸੀ, ਹੁਣ ਛੋਟਿਆਂ ਦੇ ਬੱਚਿਆਂ ਦੇ ਆ, ਹਰ ਬੱਚੇ ਦਾ ਆਪਣਾ ਆਪਣਾ ਸਾਈਕਲ ਹੈ, ਤੁਹਾਡਾ ਵੀ ਖੜਾ? ਮੈਂ ਵੀ ਕਦੇ ਕਦੇ ਚਲਾ ਲੈਂਦਾ, ਜ਼ੋਰ ਜ਼ੋਰ ਲਾ ਲੈਂਦੇ ਮੈਡਮ, ਲਾ ਲੈਂਦੇ। ਅੱਛਾ ਰਾਣਾ ਜੀ, ਪਾਰਲੀਮੈਂਟ ਚੋਣਾਂ 'ਤੇ ਆਪਾਂ ਆ ਜਾਈਏ, ਚਰਚਾ ਬੜੀ ਚੱਲ ਰਹੀ ਹੈ ਕਿ ਕਹਿੰਦੇ ਰਾਣਾ ਜੀ ਤਿਆਰੀ ਕਰ ਰਹੇ ਨੇ, ਕਹਿੰਦੇ ਹੁਣ ਲੋਕ ਸਭਾ ਚੋਣ ਲੜਨੀ ਹੈ। ਇਹ ਗੱਲ ਬਿਲਕੁਲ ਦਰੁਸਤ ਹੈ, ਲੇਕਿਨ ਚੋਣ ਰਾਣਾ ਇੰਦਰ ਪ੍ਰਤਾਪ ਸਿੰਘ ਲੜਨਗੇ, ਪੁੱਤਰ ਪੁੱਤਰ
ਤੇ ਬਾਪੂ ਬਾਪੂ ਕੰਪੇਨ ਕਰੇਗਾ, ਨੌ ਤਾਂ ਬਾਪੂ ਦਾ ਹੀ ਚੱਲਣਾ, ਲੜੇ ਜਿਹੜਾ ਮਰਜ਼ੀ ਨੌ ਆਪਣਾ ਚੱਲੂਗਾ। ਹਲਕੇ ਕਿਹੜੇ ਤੋਂ ਲੜਨਾ ਇਹ ਹੁਣ ਪਾਰਟੀ ਦੀ ਮਰਜ਼ੀ ਆ, ਤੁਸੀਂ ਕਿਹੜਾ ਚਾਹੁੰਦੇ ਹੋ ਏਦਾਂ ਨਹੀਂ ਪੁੱਛੀਦਾ। ਦੋਵਾਂ ਤੇ ਚਰਚਾ ਚੱਲ ਰਹੀ ਆ, ਦੋਵਾਂ ਤੇ ਸ਼੍ਰੀ ਅਨੰਦਪੁਰ ਸਾਹਿਬ ਤੇ ਖਡੂਰ ਸਾਹਿਬ ਤੇ ਚੱਲ ਰਹੀ ਆ। ਪਰ ਮੈਨੂੰ ਇਹ ਪਤਾ ਲੱਗਾ ਕਿ ਜਿਹੜਾ ਸਰਵੇ ਕਰਾਇਆ ਗਿਆ ਦੋਵਾਂ 'ਚ ਹੀ ਆਪਣਾ ਨੌ ਅੱਗੇ ਆ। ਠੀਕ, ਅਤੇ ਬਾਕੀ ਕਿੱਧਰ ਜਾਣਗੇ ਜਿਹੜੇ ਪਹਿਲਾਂ ਬੈਠੇ ਆ? ਯਾਰ ਮੈਂ ਕਿਸੇ ਨੂੰ ਪਾਸੇ ਕਰਨ ਨਹੀਂ ਆਇਆ ਜਿੱਥੇ ਪਾਰਟੀ ਦੀ ਟਿਕਟ ਦਊਗੀ। ਦੇਖੋ ਇਲੈਕਸ਼ਨ ਜਿਹੜੀ ਆ ਉਹ MLA ਅਤੇ ਪਾਰਟੀ ਦਾ ਕਾਡਰ ਹੁੰਦਾ, ਉਹਨੇ ਲੜਨੀ ਹੁੰਦੀ ਆ। ਇੱਕ ਚਿਹਰਾ ਅੱਛਾ ਅਸੈਪਟੇਬਲ ਜੇ ਤੇ ਲੋਕਾਂ ਨੂੰ ਵਿਸ਼ਵਾਸ ਹੋਵੇ, ਸੌਦਾ ਵਿਸ਼ਵਾਸ ਦਾ ਭਰੋਸੇ ਦਾ ਕਿ ਇਹ ਖੜੂਗਾ ਤਾਂ ਅਖੀਰ ਤੇ ਹੀ ਖੜੂਗਾ। ਰਾਣਾ ਜੀ ਰਾਣਾ ਇੰਦਰ ਪ੍ਰਤਾਪ ਤਾਂ ਅਜੇ ਕਾਂਗਰਸ 'ਚ ਨਹੀਂ, ਉਹ ਤਾਂ ਆਜ਼ਾਦ ਨੇ, ਜਿੱਦਣ ਤੁਸੀਂ ਉਹਨਾਂ ਨੂੰ ਟਿਕਟ ਲੜਾਉਣ ਫਿਰਦੇ ਹੋ। ਉਹਦਾ ਦਾਦਾ ਕਾਂਗਰਸੀਆ ਸੀ, ਰਾਣਾ ਗੁਰਜੀਤ ਸਿੰਘ ਕਾਂਗਰਸੀਆ, ਉਹ ਜਿੱਦਣ ਲੜਿਆ ਉੱਦਣ ਉਹਨੇ ਕਿਹਾ ਕਿ ਟਿਕਟ ਜਿੱਤ ਕੇ ਕਾਂਗਰਸ ਦੀ ਝੋਲੀ ਦੇ ਵਿੱਚ ਪਾਉਣੀ ਆ, ਉਹ ਗੱਲ ਵੱਖਰੀ ਆ। ਉਹਨਾਂ ਨੇ ਪਵਾਈ ਨਹੀਂ ਝੋਲੀ, ਸਟੇਟ ਦੇ ਕਾਂਗਰਸ ਦੇ ਲੀਡਰਾਂ ਨੇ ਨਹੀਂ, ਉਹਨਾਂ ਦੀ ਨਜ਼ਰ ਨਹੀਂ ਪਈ ਯਾਰ ਉਹਦੇ 'ਤੇ। ਨਹੀਂ ਸੀਟ ਤਾਂ ਸਾਹਮਣੇ ਪਈ ਹੁੰਦੀ ਆ, ਵਿਧਾਨ ਸਭਾ 'ਚ ਵੀ ਸੀਟ ਸਾਹਮਣੇ ਪਈ ਹੁੰਦੀ ਆ, ਨਜ਼ਰ ਨਹੀਂ ਪਈ, ਉੱਪਰਲੇ ਬੰਨੇ ਹੁੰਦੀ ਆ ਨਾ ਅੱਗੇ ਦੇ ਮਾਨ ਸਾਹਿਬ ਨੂੰ। ਪਰ ਝੋਲੀ 'ਚ ਪਵਾਈ ਨਹੀਂ ਤੁਸੀਂ ਅਜੇ ਕਾਂਗਰਸ ਦੀ, ਹੈ ਹੀ ਕਾਂਗਰਸ ਦੀ ਸੀਟ, ਕਾਂਗਰਸ ਦਾ ਕੈਂਡੀਡੇਟ ਆ, ਨੋ ਪ੍ਰੋਬਲਮ। ਗੱਲਬਾਤ ਉਸ ਤੋਂ ਪਹਿਲਾਂ ਫਿਰ ਹੁਣ ਸਾਰੀ ਹੋ ਗਈ ਹੈ, ਕਾਂਗਰਸ ਦੇ ਵਿੱਚ ਕਦੋਂ ਤੱਕ ਆ ਰਹੇ ਨੇ ਫਿਰ? ਦੇਖੋ ਇਹ ਤਾਂ ਪਾਰਟੀ ਨੇ ਦੇਖਣਾ ਕਦੋਂ ਲਿਆਉਣਾ। ਪਰ ਇੱਕ ਚੱਕਰ ਉਹ ਦੂਜਾ ਨਾ ਪੈ ਜੇ, ਇੱਕ ਪਰਿਵਾਰ ਇੱਕ ਟਿਕਟ ਵਾਲਾ, ਕਿ ਜਿੱਤੀ ਜਿਤਾਈ ਦਾ ਕੋਈ ਡਰ ਨਹੀਂ ਪਰਿਵਾਰ 'ਚ, ਹੁੰਦੇ ਨਹੀਂ ਲੜਾਉਣੇ। ਇਹ ਤਾਂ ਪਾਰਟੀ ਦੇਖੋ ਕੀ ਦੇਖੋ, ਨਹੀਂ ਇਹ ਪੋਸੀਬਲ ਹੈ ਵੈਸੇ ਟੈਕਨੀਕਲੀ? ਨਹੀਂ ਇੱਦਾਂ ਦੀ ਕਾਂਗਰਸ 'ਚ ਕੋਈ ਗੱਲ ਨਹੀਂ, ਜਿਹੜਾ ਕਹਿੰਦੇ ਸੀ ਨਾ ਇੱਕ ਪਰਿਵਾਰ ਇੱਕ ਟਿਕਟ, ਨਹੀਂ ਕਾਂਗਰਸ 'ਚ ਨਹੀਂ ਹੋਈ ਗੱਲ, ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ। ਤਾਂ ਸੁਖਬੀਰ ਬਾਦਲ ਨਾਲ ਦੇ ਆ, ਅਕਾਲੀ ਦਲ ਨਹੀਂ ਕਹੂੰਗਾ, ਸੁਖਬੀਰ ਬਾਦਲ ਨਾਲ ਦੇ ਕਹਿ ਰਿਹਾ ਮੈਂ, ਉਹਨਾਂ ਦੇ ਆ ਕਿ ਵੀ ਹੁਣ ਜੇ ਭੈਣ ਲੜੂ ਤਾਂ ਭਰਾ ਨਹੀਂ ਲੜੂ, ਜੇ ਭਰਾ ਲੜੂ ਭਰੋਈਆ ਨਹੀਂ ਲੜੂ, ਮਤਲਬ ਇਹ ਸਾਰਾ ਕੁਛ ਹੀ ਹੈ। ਅੱਛਾ ਰਾਣਾ ਜੀ ਤੁਸੀਂ ਕਹਿੰਦੇ ਹੋ ਕਿ ਰਾਣਾ ਇੰਦਰ ਪ੍ਰਤਾਪ ਲੜਨਗੇ, ਉਹ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਨੇ, ਤਾਂ ਪਹਿਲਾਂ ਵਿਧਾਇਕ ਲੜੇ ਨੇ, ਹੁਣ ਪਾਰਲੀਮੈਂਟ ਦਾ ਚਾਹ ਕਿਉਂ ਚੜਿਆ? ਪਾਰਲੀਮੈਂਟ ਲੋਕ ਚਾਹੁੰਦੇ ਆ, ਲੋਕ ਚਾਹੁੰਦੇ ਆ। ਦੇਖੋ ਪੰਜਾਬ ਦੀ ਸਾਨੂੰ ਸਮਝਣੀ ਚਾਹੀਦੀ ਆ, ਇਸ ਵੇਲੇ ਸਾਰਿਆਂ ਨਾਲੋਂ ਵੱਡੀ ਸਮੱਸਿਆ ਕਿਹੜੀ ਆ? ਡਿਸਟਰਬੈਂਸ ਕਾਹਦੇ ਕਰਕੇ ਪੰਜਾਬ 'ਚ ਹੋ ਰਹੀ ਆ? ਅਨਰੈਸਟ ਪੰਜਾਬ 'ਚ ਹੈ, ਅਤੇ ਕਿਸਾਨ ਜਦ ਖੁਸ਼ਹਾਲ ਨਹੀਂ ਹੋਏਗਾ ਤਾਂ ਉਹ ਪਰੇਸ਼ਾਨ ਰਹੇਗਾ। ਸੋ ਕਿਸਾਨ ਦੀ ਗੱਲ ਅੱਜ ਤਾਈਂ ਕਿਸੇ ਨੇ ਪਾਰਲੀਮੈਂਟ 'ਚ ਕੀਤੀ? ਖਾਲੀ ਲਿਪ ਸਰਵਿਸ ਕਰਨ ਦੀ ਗੱਲ ਮੇਰੇ ਮਨ 'ਚ ਆਇਆ, ਯਾਰ ਮੈਂ ਕਿਸਾਨੀ 'ਤੇ ਬੋਲਦਾ, ਇੰਦਰ ਗੱਲ ਇਹ ਨਹੀਂ, ਗੱਲ ਇਹ ਨਹੀਂ, ਉਹ ਕਦੇ ਕੋਈ ਸਮੱਸਿਆ ਤਾਂ ਦੱਸਣਾ ਹਰ ਬੰਦਾ ਦੱਸ ਸਕਦਾ, ਤੁਸੀਂ ਕਦੇ ਸਾਨੂੰ ਦੱਸਿਆ ਬਗੈਰ ਦੇਖਿਆ? ਮੈਨੂੰ ਤਾਂ ਇੰਦਰ ਪ੍ਰਤਾਪ ਨੂੰ ਵਿਧਾਨ ਸਭਾ 'ਚ ਅਸੀਂ ਕ੍ਰਿਟੀਸਾਈਜ਼ ਕਰਨ ਲਈ ਉੱਠਦੇ ਹਾਂ, ਨੋ, ਅਸੀਂ ਜੇ ਕੋਈ ਮੁੱਦਾ ਉਠਾਉਣੇ ਤਾਂ ਉਹਦਾ ਸਲਿਊਸ਼ਨ ਨਾਲ ਦਿੰਦੇ ਹਾਂ। ਯਾਰ ਉਹ ਰਾਜਨੀਤੀ ਤਾਂ ਇਹ ਹੋਣੀ ਚਾਹੀਦੀ ਆ, ਜੇ ਆਪਣੇ ਸੂਬੇ ਨੂੰ ਆਪਣੇ ਮੁਲਕ ਨੂੰ ਅੱਗੇ ਲਿਜਾਣਾ, ਕ੍ਰਿਟੀਸਾਈਜ਼ ਕਰਨਾ ਇੱਕ ਵੱਖਰੀ ਗੱਲ ਹੈ। ਸਲਿਊਸ਼ਨ ਦਿਓ ਨਾ। ਰਾਣਾ ਜੀ ਇੱਕ ਚੀਜ਼ ਨਹੀਂ ਲੱਗਦੀ ਕਿ ਲੀਡਰ ਆਪਦੀ ਕਨਵੀਨੀਅੰਟ ਦੇਖ ਲੈਂਦੇ ਆ? ਇਕੱਲਾ ਤੁਹਾਡੀ ਨਹੀਂ, ਤੁਸੀਂ ਚੱਬੇਵਾਲ ਦੀ ਗੱਲ ਕਰ ਲਓ, ਤੁਸੀਂ ਆਪਣਾ ਸ਼ੀਤਲ ਉਂਗਰਾਲ ਦੀ ਗੱਲ ਕਰ ਲਓ, ਸਾਰੀਆਂ ਪਾਰਟੀਆਂ ਦੀ ਗੱਲ ਕਰ ਲਓ,
ਲੀਡਰ ਨੂੰ ਪਹਿਲਾਂ ਠੀਕ ਲੱਗਦਾ ਕਿ ਮੈਂ ਹੁਣ ਵਿਧਾਨ ਸਭਾ ਲੜਨੀ ਹੈ, ਫਿਰ ਉਹਨੂੰ ਠੀਕ ਲੱਗਦਾ ਨਹੀਂ ਮੈਂ ਤਾਂ ਪਾਰਲੀਮੈਂਟ ਲੜਨੀ ਹੈ, ਫਿਰ ਜੋ ਵਿਧਾਨ ਸਭਾ ਆ ਜਾਂਦੀ ਉਹਨੂੰ ਕਿਹਾ ਲੱਗਦਾ ਕਿ ਨਹੀਂ ਮੈਂ ਹੁਣ ਵਿਧਾਨ ਸਭਾ ਫਿਰ ਲੜ ਲਾਂ ਮੰਤਰੀ ਬਣ ਜੂੰ, ਬੋਝ ਤਾਂ ਆਮ ਜਨਤਾ 'ਤੇ ਪੈਂਦਾ। ਇੱਕ ਦੇਖੋ ਮੈਂ ਤੁਹਾਨੂੰ ਗੱਲ ਦੱਸਾਂ, ਇਹਦਾ ਕਸੂਰਵਾਰ ਮੈਂ ਪਾਰਟੀਆਂ ਨੂੰ, ਪੋਲੀਟੀਕਲ ਪਾਰਟੀਆਂ ਨੂੰ ਠਹਿਰਾਵਾਂਗਾ। ਤੁਸੀਂ ਕਾਂਗਰਸ ਦੀ ਗੱਲ ਕਰੋ, ਮੈਂ ਬੀਜੇਪੀ ਦੀ ਗੱਲ ਨਹੀਂ ਕਰਾਂਗਾ, ਮੈਂ ਤਾਂ ਆਪਣੀ ਪਾਰਟੀ ਦੀ ਗੱਲ ਕਰਾਂ। ਇੱਕ ਰੱਬੀ ਸ਼ੇਰਗਿੱਲ ਦਾ ਗਾਣਾ 1919 ਪ੍ਰੀ ਪਾਰਟੀਸ਼ਨ ਜਿਹੜੇ ਲੋਕ ਸੀਗੇ ਉਹ ਕਿੱਥੇ ਆ, ਜਿਨ੍ਹਾਂ ਨੇ ਸ਼ਹਾਦਤ ਦਿੱਤੀਆਂ, ਜਿਨ੍ਹਾਂ ਨੇ ਦੇਸ਼ ਦੀ ਕੁਰਬਾਨੀ ਦਿੱਤੀ, ਆਜ਼ਾਦੀ ਲਿਆਂਦੀ, ਅਤੇ ਅੱਜ ਜਿਹੜੇ ਰਾਜਪਾਤ ਕਰ ਰਹੇ ਉਦੋਂ ਕਿੱਥੇ ਸੀਗੇ? ਉਹ ਕਾਂ ਜੋ ਪਹਿਲੇ ਤੇ ਉਹ ਰੱਬੀ ਸ਼ੇਰਗਿੱਲ ਦਾ ਗਾਣਾ। ਸੋ ਗੱਲ ਹੈ ਕਿ ਵੀ ਜਦੋਂ ਕੋਈ ਪੋਲੀਟੀਕਲ ਪਾਰਟੀ ਬਾਹਰੋਂ ਬੰਦੇ ਲਿਆ ਕੇ ਆਉਂਦਾ, ਸਾਡੀ ਪਾਰਟੀ ਦੀ ਗੱਲ ਕਰ ਰਹੇ ਸੀ 3-4 ਲਿਆਂਦੇ, ਅੱਜ ਉਹ ਕਿੱਥੇ ਹੀ ਆ, ਅੱਜ ਸਾਡੀ ਪਾਰਟੀ 'ਚ ਹੈ ਨਹੀਂ। ਫਿਰ ਸਤਿ ਸ਼੍ਰੀ ਅਕਾਲ ਕਰ ਗਏ, ਹਾਂਜੀ ਫਿਰ ਸਤਿ ਸ਼੍ਰੀ ਅਕਾਲ ਕਰ ਗਏ। ਇਸੇ ਤਰ੍ਹਾਂ ਅਗਰ ਕੋਈ ਬੀਜੇਪੀ ਜਾ ਰਿਹਾ ਜਾਂ ਆਮ ਆਦਮੀ ਪਾਰਟੀ ਨੂੰ ਲੈ ਕੇ ਜਾ ਰਹੀ ਆ, ਅੱਜ ਕਿਉਂ ਕਹਿ ਰਹੇ ਆਮ ਆਦਮੀ ਪਾਰਟੀ ਕਿਉਂ ਕਹਿ ਰਹੀ ਕਿ ਵੀ ਜਿਹੜੇ 4 ਅਸੀਂ ਹਲਕੇ ਛੱਡੇ ਹਾਲੇ ਟਿਕਟਾਂ ਨਹੀਂ ਦਿੱਤੀਆਂ, ਉਹ ਅਸੀਂ ਵਲੰਟੀਅਰਸ ਨੂੰ ਦੇਵਾਂਗੇ। ਰਾਣਾ ਜੀ ਨਹੀਂ ਲੱਗਦਾ, ਰਾਜ ਸਭਾ ਜਦੋਂ ਦਿੱਤੀ ਵਲੰਟੀਅਰਸ ਨੂੰ ਦਿੱਤੀ, ਜਦੋਂ ਤੁਸੀਂ ਬਾਕੀ ਦੀਆਂ 8 ਟਿਕਟਾਂ ਦਿੱਤੀਆਂ ਵਲੰਟੀਅਰਸ ਨੂੰ ਦਿੱਤੀਆਂ, ਨਹੀਂ ਦਿੱਤੀਆਂ। ਇਸੇ ਤਰ੍ਹਾਂ ਜਿਹੜੇ ਬੀਜੇਪੀ 'ਚ ਅੱਜ ਜਾ ਰਹੇ ਆ, ਕਈ ਤਾਂ ਵਾਪਸ ਆ ਗਏ, ਉਹਨਾਂ ਦਾ ਵੈਲਕਮ, ਆਪਣੀ ਪਾਰਟੀ ਆਪਣੀ ਹੁੰਦੀ ਹੈ। ਰਾਣਾ ਜੀ ਨਹੀਂ ਲੱਗਦਾ ਕਿ ਕੁਝ ਬਦਲਾਅ ਦੀ ਚੇਂਜਸ ਦੀ ਲੋੜ ਹੈ, ਕਿ ਇਹ ਖਰਚਾ ਵੀ ਡਿਸਾਈਡ ਹੋ ਜਾਵੇ ਫਿਰ, ਜਿਹੜੇ ਲੀਡਰ ਨੂੰ ਇੱਕ ਕੁਰਸੀ ਛੱਡ ਕੇ ਦੂਜੀ ਵੱਲ ਮੋਹ ਜਾਗਦਾ ਅਤੇ ਉਹਦਾ ਖਰਚਾ ਹੀ ਕਿਉਂ ਨਾ ਉਹ 'ਤੇ ਪੈ ਜੇ? ਹਾਲਾਂਕਿ ਦੇਖੋ ਇਹ ਤਾਂ ਬੜੀਆਂ ਵੱਡੀਆਂ ਗੱਲਾਂ, ਪਰ ਮੈਂ ਇੱਕ ਸੋਚ ਦੀ ਗੱਲ ਕਰਦਾ। ਨਹੀਂ, ਗੱਲਾਂ ਤੁਹਾਡੀਆਂ ਬਿਲਕੁਲ ਦਰੁਸਤ ਹੈ। ਹੁਣ ਅਗਰਿੰਦਰ ਪ੍ਰਤਾਪ ਜਾਂ ਕੋਈ ਆਪਣੀ ਪਾਰਟੀ 'ਚੋਂ MLA MP ਦੀ ਸੀਟ ਲੜਦਾ, ਉਹ ਵਕੇਟ ਹੋ ਜਾਂਦੀ ਆ ਅਤੇ ਖਰਚਾ ਹੋਣਾ, ਖਰਚਾ ਲੋਕਾਂ ਦਾ, ਕੁਰਸੀ ਲੀਡਰ ਦੀ, ਕੁਰਸੀ ਦੀ ਨਹੀਂ ਗੱਲ, ਸਵਾਲ ਇਸ ਗੱਲ ਦਾ ਕਿ ਮੁਲਕ ਅੱਜ ਕਿੱਧਰ ਨੂੰ ਜਾ ਰਿਹਾ। ਰਾਣਾ ਜੀ ਤੁਹਾਡੇ ਘਰ ਵਾਲੀਆਂ ਕੁਰਸੀਆਂ ਵੇਖ ਲਈਆਂ ਆਪਾਂ, ਜੋ ਬਾਹਰੋਂ ਤਾਂ ਮੈਂ ਦਿਖਾਤਾ, ਦਿਲ ਵੇਖੋ ਯਾਰ ਕੁਰਸੀਆਂ 'ਚ ਕੀ ਹੈ, ਕੁਰਸੀਆਂ ਵੀ ਦੇਖ ਲੈਣ ਲੋਕ, ਕੁਰਸੀਆਂ 'ਚ ਕੱਚੀ, ਆਜੋ ਦਿਖਾ ਦਿਓ ਤੁਹਾਡੇ ਘਰ ਦਾ ਵੀ ਰੌਣਕ ਮੇਲਾ। ਪਰ ਗੱਲਾਂ ਸਿਆਸੀ ਹੋਣਗੀਆਂ, ਚਲੋ। ਅੱਛਾ ਰਾਣਾ ਜੀ, ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਪਾਰਟੀ ਦੇ ਅੰਦਰ ਹਾਲੇ ਐਸਾ ਕੀ ਚੱਲ ਰਿਹਾ ਕਿ ਹਾਲੇ ਟਿਕਟਾਂ ਫਾਈਨਲ ਨਹੀਂ ਹੋ ਪਾ ਰਹੀਆਂ, ਚੱਕਰ ਕੀ ਹੈ? ਆਪਣਾ ਮੰਨਣਾ ਆ ਕਿ ਜਿੰਨਾ ਟਾਈਮ ਘੱਟ ਦਿੱਤਾ ਜਾਵੇ ਕੈਂਡੀਡੇਟ ਨੂੰ ਪਕਾਈ ਮਾਰਨ ਦਾ ਓਨਾ ਚੰਗਾ। 2 ਮਹੀਨੇ ਕੰਪੇਨ ਕਰਨੀ ਬੜੀ ਔਖੀ ਆ, ਇੱਕ ਤਾਂ ਬਿਆਨ ਕਾਂਡ ਕਰ ਦਿੰਦਾ ਹੈ। ਮੇਰੇ ਹਿਸਾਬ ਨਾਲ ਤਾਂ ਇਹ 3 ਮਹੀਨੇ ਦੇ ਅਖੀਰ 'ਚ ਕਰਨੀ ਚਾਹੀਦੀ ਅਨਾਊਂਸ। ਭਾਈ ਯਾਰ, ਜਿਹਨੇ ਜਿੱਤਣਾ ਉਹਨੇ ਜਿੱਤਣਾ, ਜਿਹਨੇ ਕੰਪੇਨ 60 ਦਿਨਾਂ 'ਚ ਨਹੀਂ ਕਰ ਪਾਉਣੀ, ਕਈ ਇਹੋ ਜਿਹੇ ਵੀ ਹੋਣੇ ਆ ਅਤੇ 30 ਦਿਨ ਥੋੜ੍ਹੇ ਹੁੰਦੇ। ਅੱਛਾ, ਵੇਣੇ ਕੀ ਹੋ ਮੁਕਾਬਲੇ 'ਚ ਕੀ ਲੱਗਦਾ ਤੁਹਾਨੂੰ ਕਿ ਕਾਂਗਰਸ ਕਿੱਥੇ ਸਟੈਂਡ ਕਰਦੀ ਹੈ ਅਤੇ ਕਾਂਗਰਸ ਦਾ ਮੁਕਾਬਲਾ ਕਿਹਦੇ ਨਾਲ ਹੋਣ ਵਾਲਾ? ਦੇਖੋ, ਇਹ ਤਾਂ ਸਮੇਂ ਦੱਸੂਗਾ, ਲੇਕਿਨ ਮੈਂ ਇੱਕ ਗੱਲ ਜਾਣਦਾ ਕਿ ਲੋਕਾਂ ਨੇ ਅਕਾਲੀ ਦਲ ਦਾ ਜਿਹੜਾ ਬਗਰਾੜੀ ਬੇਅਦਬੀ, ਉਹ ਤੋਂ ਜਾਨ ਨਹੀਂ ਛੁੱਟੀ। ਇਹ ਤਾਂ ਇੱਕ ਇਸ਼ੂ ਸੀ ਜਿਹਦੇ 'ਤੇ ਲੋਕ ਅੱਜ ਵੀ ਬੜੇ ਪਰੇਸ਼ਾਨ ਨੇ, ਲੋਕ ਇਹਨਾਂ ਨੂੰ ਦੋਸ਼ੀ ਠਹਿਰਾਉਂਦੇ ਆ। ਲੇਕਿਨ ਸਾਰਿਆਂ ਨਾਲੋਂ ਵੱਡੀ ਗੱਲ ਹੁਣ ਜਿਹੜੀ ਨਵੀਂ ਹੋਈ ਆ, 12 ਮਹੀਨੇ ਕਿਸਾਨ ਇੱਥੇ ਰਹੇ ਦਿੱਲੀ ਬਾਰਡਰ 'ਤੇ, ਸ਼ੰਭੂ ਆਪਣੇ ਬਾਰਡਰ ਦੇ ਉੱਤੇ ਜੀ ਅੰਦੋਲਨ ਕੀਤਾ। ਸਰਕਾਰ ਨੇ, ਗਵਰਨਮੈਂਟ ਆਫ ਇੰਡੀਆ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ BJP ਨੇ ਕਿ ਤੁਹਾਡੀਆਂ ਇਹ 3 ਜਿਹੜੀਆਂ ਡਿਮਾਂਡਸ ਆ ਇਹ ਅਸੀਂ ਵਾਪਸ ਲੈ ਲਾਂਗੇ, ਧਰਨਾ ਚੱਕੋ। ਕਿਸਾਨ ਖੁਸ਼ੀ 'ਚ ਧਰਨਾ ਚੱਕ ਕੇ ਵਾਪਸ ਆ ਜੀ। ਔਰ ਉਸ ਵੇਲੇ ਜਿਹੜੇ ਉਹਨਾਂ ਦੇ ਪਾਰਟਨਰ ਸੀਗੇ ਉਹ ਕੌਣ ਸੀ? ਅਕਾਲੀ ਦਲ ਸੀ,
ਅਕਾਲੀ ਦਲ ਉਹਨਾਂ ਦਾ ਪਾਰਟਨਰ ਸੀ, ਕੈਬਨਿਟ ਮੀਟਿੰਗ ਤਾਂ ਹੀ ਉਹਨਾਂ ਨੇ ਇਹਨੂੰ ਅਪੋਜ਼ ਨਹੀਂ ਕੀਤਾ ਪਾਸ ਕਰਨ ਵਾਲਿਆਂ 'ਚੋਂ, ਫਿਰ ਆਪਣੇ ਨਾਤੇ ਉਹਨਾਂ ਨੂੰ ਤੋੜ ਦਿੱਤੇ ਬੀਜੇਪੀ ਨਾਲ, ਤਾਂ ਲੋਕ ਤੁਹਾਡਾ ਖਿਆਲ ਆ ਇਹ ਸਾਰੀਆਂ ਗੱਲਾਂ ਨਹੀਂ ਜਾਣਦੇ? ਅੱਛਾ ਰਾਣਾ ਜੀ, ਸਾਫ ਤੌਰ 'ਤੇ ਜਦੋਂ ਐਸਾ ਮਾਹੌਲ ਸਿਆਸਤ ਦਾ ਪੈਦਾ ਹੋ ਜਾਂਦਾ, ਜਦੋਂ ਜੋੜ ਤੋੜ ਦਾ ਕੰਮ ਚੱਲ ਪੈਂਦਾ, ਤਾਂ ਸਾਰੀਆਂ ਪਾਰਟੀਆਂ ਦੇ ਬੇਸ਼ੱਕ ਦਾਅਵੇਦਾਰ ਹੁੰਦੇ ਨੇ, ਪਰ ਦੂਜੀਆਂ ਪਾਰਟੀਆਂ ਨੇ ਜਦੋਂ ਝਾਕਿਆ ਜਾਂਦਾ, ਅਤੇ ਜਦੋਂ ਦੂਜੇ ਚੰਗੀ ਭਲੀ ਪਾਰਟੀ ਵਿੱਚ ਬੈਠੇ ਲੀਡਰ ਜਿਨ੍ਹਾਂ ਨੂੰ ਉੱਥੇ ਰੁਤਬੇ ਮਿਲੇ, ਉਹਨਾਂ ਦੇ ਬਾਅਦ 'ਚ ਆ ਜਾਵਾਂਗੇ, ਇੱਕ ਗੱਲ ਰਹਿ ਗਈ, ਉਹ ਗੱਲ ਵਿੱਚ ਰਹਿ ਜਾਏਗੀ। ਦੇਖੋ, ਅਕਾਲੀ ਦਲ ਬੀਜੇਪੀ ਦਾ ਗੱਠਜੋੜ ਹੋ ਰਿਹਾ ਸੀਗਾ, ਆਲਮੋਸਟ ਫਾਈਨਲ, ਲੇਕਿਨ ਕਿਸਾਨਾਂ ਨੇ ਫਿਰ ਅੰਦੋਲਨ ਛੇੜ ਦਿੱਤਾ, ਅਤੇ ਅਕਾਲੀ ਦਲ ਨੇ ਸੋਚਿਆ ਕਿ ਸਾਨੂੰ ਫਾਇਦਾ ਨਹੀਂ ਲੈਣਾ ਗੱਠਜੋੜ ਦਾ, ਕਿਉਂ ਕਿਸਾਨ ਹੁਣ ਦੇਖੋ ਜਗ੍ਹਾ ਜਗ੍ਹਾ ਕਿਸਾਨ ਵਿਰੋਧ ਕਰ ਰਹੇ ਆ ਬੀਜੇਪੀ ਦੇ ਕੈਂਡੀਡੇਟਸ ਦਾ। ਸੋ ਜੇ ਅਕਾਲੀ ਦਲ ਦੇ ਕੈਂਡੀਡੇਟ ਹੁੰਦੇ, ਇਹਨਾਂ ਦਾ ਗੱਠਜੋੜ ਹੁੰਦਾ, ਉਹਨਾਂ ਦਾ ਵੀ ਵਿਰੋਧ ਹੋਣਾ ਸੀ। ਰਾਣਾ ਜੀ, ਤੁਸੀਂ ਵੀ ਸੱਤਾ ਦੇ ਵਿੱਚ, ਦੇਖੋ ਮੰਤਰੀ ਵੀ ਰਹੇ, ਸੱਤਾ ਦੇ ਵਿੱਚ ਵੀ ਤੁਸੀਂ ਰਹੇ ਹੋ, ਔਰ ਕੇਂਦਰ ਦੇ ਵਿੱਚ ਵੀ ਲੰਮਾ ਟਾਈਮ ਸਰਕਾਰ ਹੈ ਜਿਹੜੀ ਕਾਂਗਰਸ ਦੀ ਰਹੀ, ਜਦੋਂ ਉਹ ਸਾਹਮਣੇ ਜਾ ਕੇ ਬੈਠ ਜਾਂਦੇ ਆ ਉਦੋਂ ਹੀ ਕਿਉਂ ਸਾਰੀ MSP ਸਾਰਾ ਕੁਛ ਯਾਦ ਹੋ ਜਾਂਦਾ? ਹੁਣ ਤੁਸੀਂ ਚੋਣ ਮੈਨੀਫੈਸਟੋ ਦੇ ਵਿੱਚ ਵੀ ਪਾਤਾ, ਇਹ ਚੀਜ਼ਾਂ ਪਹਿਲਾਂ ਕਿਉਂ ਨਹੀਂ ਯਾਦ ਆਈਆਂ? ਇਹ ਪਹਿਲਾਂ ਦੇਖੋ, MSP ਕਿਹਨੇ ਚਾਲੂ ਕੀਤੀ? ਕਾਂਗਰਸ ਪਾਰਟੀ ਨੇ। ਨਹੀਂ ਪਰ ਸਵਾਮੀਨਾਥਨ ਰਿਪੋਰਟ ਵੀ ਅੱਜ ਦੀ ਤਾਂ ਨਹੀਂ ਜੀ, ਉਹ ਤਾਂ ਰਿਪੋਰਟ ਵੀ ਮਤਲਬ ਪੰਨੇ ਵੀ ਉਹਦੇ ਨੂੰ ਸਿਉਂਕ ਲੱਗੀ ਹੋਊਗੀ। ਉਹ ਸਵਾਮੀਨਾਥਨ ਰਿਪੋਰਟ ਇੱਕ ਇਸ਼ੂ ਹੈ ਜਿਹਨੂੰ ਐਡਰੈਸ ਕਰਨ ਬਾਰੇ 2014 ਦੇ ਵਿੱਚ ਸਾਡੀ ਪਾਰਟੀ ਨੇ ਕਿਹਾ ਵੀ ਸੀ, ਵੈਨ ਵੀ ਕਮ ਇਨ ਟੂ ਪਾਵਰ, ਅਤੇ ਇਹੀ ਚੀਜ਼ BJP ਨੇ ਕਹੀ ਸੀ, ਅਤੇ ਉਹਨਾਂ ਨੇ 10 ਸਾਲ ਰਾਜ ਕਰ ਲਿਆ, ਸਵਾਮੀਨਾਥਨ ਕਿਤੇ ਨਹੀਂ, ਰਿਪੋਰਟ ਹੀ ਹੈ ਨਹੀਂ ਕਿਤੇ। ਉਹ ਕਹਿੰਦੇ ਨੇੜੇ ਤੇੜੇ ਕਰ ਰਹੇ ਸੀ, ਨੇੜੇ ਤੇੜੇ ਤਾਂ ਇਹ ਕੌਣ ਹੁੰਦੇ ਕਰਨ ਵਾਲੇ? ਗੱਲ ਸਵਾਮੀਨਾਥਨ ਰਿਪੋਰਟ ਦੀ ਹੋ ਰਹੀ ਹੈ, ਸਵਾਮੀਨਾਥਨ ਰਿਪੋਰਟ ਦੀ ਗੱਲ ਕਰੋ। ਤੁਸੀਂ ਖੁਦ ਕਿਸਾਨ, ਤੁਸੀਂ ਕਿਸਾਨੀ ਕਿੱਤੇ ਦੇ ਨਾਲ ਦਿਲੋਂ ਜੁੜੇ ਹੋਏ, ਤੁਸੀਂ ਮੰਤਰੀ ਵੀ ਰਹਿ ਗਏ ਪੰਜਾਬ ਕੈਬਨਿਟ ਦੇ ਵਿੱਚ, ਅਤੇ ਜਿਵੇਂ ਇਹ ਵੀ ਦਾਅਵਾ ਕੀਤਾ ਜਾਂਦਾ ਕਿ ਸਟੇਟ ਹੈ ਜਿਹੜੀ ਘੱਟੋ ਘੱਟ ਉਹਦਾ ਮਾਰਜਨ ਦੇ ਸਕਦੀ ਹੈ, ਕੁਝ ਕਰ ਸਕਦੀ ਹੈ, ਅਤੇ ਤੁਸੀਂ ਉਸ ਵੇਲੇ ਕੀ ਕੀਤਾ? ਕਿਸਾਨ ਦੀ ਗੱਲ ਤਾਂ ਫਿਰ ਵੀ ਨਹੀਂ ਹੋਈ। ਸਟੇਟ ਮਾਰਜਨ ਕਿੱਧਰੋਂ ਦੇ ਦੇਗੀ? ਸੈਂਟਰ 'ਚ ਰੌਲਾ ਪਾਉਣਾ ਸੀ ਮਾੜਾ ਮੋਟਾ। ਯਾਰ, ਸੈਂਟਰ 'ਚ ਹੁਣ ਜਿਹਨਾਂ ਦੀ ਸਰਕਾਰ ਸੀ ਉਹਨਾਂ ਨੇ ਰੌਲਾ ਪਾਉਣਾ ਸੀ? ਆਪਦੇ ਵੇਲੇ ਮਾੜੀ ਮੋਟੀ ਗੈਰੀ ਛੇੜਨੀ ਸੀ ਨਾ ਜੀ। ਮੈਂ ਤਾਂ 10 ਸਾਲ ਤੋਂ ਪਹਿਲਾਂ ਦੀ ਗੱਲ ਕਰਦਾ, ਸਵਾਮੀਨਾਥਨ ਨੂੰ ਤਾਂ ਕੁਝ ਕਰਨਾ ਚਾਹੀਦਾ, ਬਹੁਤ ਕੁਝ ਕਰਨ ਦੀ ਲੋੜ ਆ, ਔਰ ਤਾਂ ਹੀ ਉਹਦੇ ਇੱਦਾਂ ਦੇ ਨੌਜਵਾਨ ਭੇਜਾਂਗੇ ਜਿਹਨਾਂ ਨੂੰ ਅੱਜ 2.5 ਲੱਖ ਤੋਂ 3 ਲੱਖ ਏਕੜ ਦਾ, ਚਾਹੇ ਉਹ ਗੰਨਾ ਹੋਵੇ ਚਾਹੇ ਉਹ ਚੁਕੰਦਰ ਹੋਵੇ, ਅੱਜ ਪੀੜ ਰਹੇ ਅਸੀਂ, ਬਜਾ ਰਹੇ, ਉਹਨਾਂ ਨੂੰ ਸਪੋਰਟ ਕਰ ਰਹੇ ਹਾਂ, ਮਤਲਬ 2.5-3 ਲੱਖ ਏਕੜ ਦੀ ਖੇਤੀ ਕਰਾ ਰਹੇ ਹਾਂ। ਅਤੇ ਜਿੰਨੀ ਨੌਲੇਜ ਹੁਣ ਇੰਦਰ ਪ੍ਰਤਾਪ ਅੱਜ ਜੇ 5-6 ਮਿੰਟਾਂ 'ਚ 2.5 ਲੱਖ ਏਕੜ ਪੀੜ ਰਿਹਾ ਗੰਨਾ, ਤਾਂ ਉਹਨੂੰ ਇੰਨਾ ਡਾਊਟ ਖੇਤੀ ਬਾਰੇ ਪਤਾ, ਚੁਕੰਦਰ ਇਸ ਡਾਈਵਰਸੀਫਿਕੇਸ਼ਨ ਉਹਦੇ ਬਾਰੇ ਪਤਾ। ਔਰ ਬੜੀ ਮਜ਼ੇਦਾਰ ਤੁਹਾਨੂੰ ਮੈਂ ਗੱਲ ਦੱਸਾਂ, ਆ ਇੰਦਰ ਦੀ ਕਾਢ ਹੈ ਮੇਰੀ ਨਹੀਂ, ਕਹਿੰਦਾ ਵੀ 47% ਜਾਂ 48% ਜਿਹੜਾ ਨੈਸ਼ਨਲ ਪੂਲ ਦੇ ਵਿੱਚ ਵੀਟ ਪੰਜਾਬ ਦਿੰਦਾ, ਅਤੇ ਜ਼ਿਮੀਂਦਾਰਾਂ ਦਾ ਰੌਲਾ ਇਹ ਆ ਕਿ ਭਾਈ ਸਾਡੀ ਫਸਲ ਦਾ ਭਾਅ ਨਹੀਂ ਵਧਾਉਂਦੇ, ਕਹਿੰਦਾ ਇਹਦਾ ਸਿਸਟਮ ਬਿਲਕੁਲ ਸਾਦਾ ਜਿਹਾ, ਸਿੰਪਲ। ਹੁਣ ਅਸੀਂ ਕਹੀਏ ਕਿ ਬਈ ਕਿ ਆਪਾਂ ਕਣਕ ਬੀਜਣੀ ਘਟਾ ਦਈਏ, ਤਾਂ ਬੀਜੀਏ ਕੀ? ਉਹਦਾ ਅਲਟਰਨੇਟਿਵ ਵੀ ਹੈਗਾ, ਇਹ ਕਿਸਾਨ ਯੂਨੀਅਨਾਂ ਨੂੰ ਵੀ ਮਿਲਾਂਗੇ, ਉਹਨਾਂ ਦੇ ਵਿਚਾਰ ਵੀ ਇਹਦੇ 'ਤੇ ਲਾਂਗੇ, ਇੱਥੇ ਕੰਮ ਕਰਨ ਦੀ ਲੋੜ ਹੈ। ਹੋ ਸਕਦਾ ਜੋ ਇੰਦਰ ਦੇ ਮਨ 'ਚ ਬਿਲਕੁਲ ਗਲਤ ਹੋਵੇ, ਹੋ ਸਕਦਾ ਕਿਸਾਨ ਉਹਨੂੰ ਰਿਜੈਕਟ ਹੀ ਕਰ ਦੇਣ, ਕੋਈ ਜ਼ਰੂਰੀ ਨਹੀਂ ਆ, ਲੇਕਿਨ ਇੱਕ ਫੁਰਨਾ ਕਿ 27% ਧਰਤੀ ਜਿਹੜੀ ਹੈ ਪੰਜਾਬ ਦੀ, ਉਹ ਅਸੀਂ ਨਹਿਰਾਂ ਰਾਹੀਂ ਪਾਣੀ ਲਾ ਕੇ ਸਿੰਜਦੇ ਹਾਂ, ਟਿਊਬਵੈੱਲ ਦਾ ਪਾਣੀ ਅਸੀਂ ਕੱਢ ਕੇ ਕਿੰਨੀ ਦੇਰ ਜ਼ਿਆਦਾ ਇਸਤੇਮਾਲ ਕਰਾਂਗੇ? ਜਿੰਨਾ ਜ਼ਿਆਦਾ ਕੱਢਾਂਗੇ ਉਨੀ ਸਾਲ ਘੱਟ ਰਹਿ ਜਾਣਗੇ ਪਾਣੀ ਦੇ।
ਸੋ ਨਹਿਰ ਦਾ ਪਾਣੀ ਚਾਹੇ ਅਸੀਂ ਨਰਮਾ ਬੀਜੀਏ ਚਾਹੇ ਅਸੀਂ ਕਣਕ ਬੀਜੀਏ ਉਹ ਤਾਂ ਲੱਗਣਾ ਹੀ ਲੱਗਣਾ। ਸੋ ਗੱਲ ਹੈ ਕਿ ਵੀ ਫਰਵਰੀ ਮਾਰਚ ਦੇ ਵਿੱਚ ਕੋਟਨ ਬੈਲਟ ਦੇ ਵਿੱਚ ਜਾਂ ਜਿੱਥੇ ਜਿੱਥੇ ਨਹਿਰ ਦਾ ਪਾਣੀ ਲੱਗਦਾ ਉੱਥੇ ਮੱਕੀ ਬੀਜੀਏ। ਔਰ ਮੱਕੀ 80,000 ਤੋਂ 1,00,000 ਰੁਪਈਏ ਤਾਈਂ ਦੀ ਫਸਲ ਇੱਕ ਫਸਲ ਹੋ ਜਾਂਦੀ ਆ। ਰਾਣਾ ਜੀ ਇੱਕ ਮਿੰਟ, ਜਦੋਂ ਮੱਕੀ ਵੱਢ ਲਈ, ਮੱਕੀ ਵੱਢਣ ਤੋਂ ਬਾਅਦ ਉਹਦੇ 'ਚ ਕੋਈ ਨਾ ਕੋਈ ਦਾਲ ਲਾ ਦਈਏ, 60 ਦਿਨਾਂ 'ਚ ਹੋ ਜਾਂਦੀ ਆ, ਚਾਹੇ ਉੜਦ ਹੋਵੇ ਚਾਹੇ ਮੂੰਗ ਹੋਵੇ। ਉਹਨੂੰ ਵੱਢਦੇ ਸਾਰ ਹੀ ਆਪਾਂ ਲਾਹੀ ਤੋਰੀਆ ਜੋ ਵੀ ਕਹਿੰਦੇ ਹਾਂ, ਜਪਾਨੀ ਸਰੋਂ ਕਹਿ ਦਈਦਾ, ਉਹ ਲਾਈ ਜਾਵੇ ਅੱਜ 10 ਤੋਂ 12 ਕੁਇੰਟਲ। ਇੱਕ ਜ਼ਿਮੀਂਦਾਰ ਨੇ ਤਾਂ ਕਿਹਾ ਮੈਂ 20 ਕੁਇੰਟਲ ਕੱਢਦਾ, ਉਹ ਰਾਜਸਥਾਨ ਦਾ। ਮੇਰਾ ਕਹਿਣ ਦਾ ਮਤਲਬ ਹੈ ਜੇ 10 ਕੁਇੰਟਲ ਵੀ ਨਿਕਲੇ ਤਾਂ 5-6 ਰੁਪਈਏ ਦਾ ਪਾਏਗਾ। ਰਾਣਾ ਜੀ ਤੁਸੀਂ ਸਾਖਤਾ ਲਾ ਲੈਂਦੇ ਆਪਦੇ ਵਾਲੇ ਹਿਸਾਬ ਨਾਲ, ਜਿਮੀਦਾਰ ਰਾਣਾ ਜੀ ਉਹਦਾ ਡਰਾਇੰਗ ਰੂਮ ਤੁਹਾਡੇ ਵਰਗਾ ਨਹੀਂ ਗਾ, ਉਹਦਾ ਕਾਰੋਬਾਰ ਤੁਹਾਡੇ ਵਰਗਾ ਨਹੀਂ ਗਾ, ਉਹਨੂੰ ਤਾਂ ਬੀਜ ਦਾ ਫਿਕਰ ਪਿਆ। ਆਮ ਜ਼ਿਮੀਂਦਾਰ ਨੂੰ ਤਾਂ ਇਹ ਲੱਗਦਾ ਵੀ ਜੇ ਮੈਂ ਕੋਈ ਇੱਕ ਫਸਲ ਬੀਜੀ ਪਹਿਲਾਂ ਤਾਂ ਉਹਨੇ ਬੀਬੂ ਦਾ ਹਿਸਾਬ ਕਿਤਾਬ ਲਾਉਣਾ, ਫਿਰ ਬਿਜਾਈ ਕਰਾਈ, ਜੇ ਫਸਲ ਹੋ ਗਈ ਉਦੋਂ ਬਾਅਦ ਉਹਨੂੰ ਵਿਚਾਰੇ ਨੂੰ ਇਹ ਲੱਗਦਾ ਵੀ ਮੇਰੀ ਫਸਲ ਵਿਕਣੀ ਨਹੀਂ, ਵਿਕੀ ਤਾਂ ਅੱਧੇ ਮੁੱਲ ਨਹੀਂ ਵਿਕਣੀ। ਬੀਜ ਦੇ ਪ੍ਰਬੰਧ ਕਿਹਨੇ ਕਰਨੇ? ਸਰਕਾਰ ਨੇ। ਔਰ ਜਿਹੜਾ ਇੱਥੇ ਤਾਂ ਆ ਕੇ ਗੱਲ ਸਭ ਦੱਸਦੀ ਹੈ, ਔਰ ਜਿੱਥੇ ਤੁਸੀਂ ਮੇਰੇ ਡਰਾਇੰਗ ਰੂਮ ਦੀ ਗੱਲ ਕਰਦੇ ਹੋ ਨਾ, ਮੈਂ ਛੱਪਰਾਂ 'ਚ ਰਿਹਾ, ਛੱਪਰਾਂ 'ਚ। ਜਿੰਨੇ ਪੰਜਾਬ ਵਾਲੇ ਕੋਈ ਛੱਪਰ 'ਚ ਰਿਹਾ ਹੋਵੇ ਦੱਸ ਦੇਵੇ। ਲੀਡਰਾਂ ਦੀ ਨਹੀਂ ਗੱਲ ਕਰਦਾ, ਆਮ ਜਨਤਾ ਦੀ ਗੱਲ ਕਰਦਾ ਜਿਹੜੀ ਮੇਰੇ ਉਮਰ ਦੇ ਨੇ, ਇਹ ਮਕਾਨਾਂ 'ਚ ਰਹੇ ਆ, ਮੈਂ ਛੱਪਰਾਂ 'ਚ ਰਹਿੰਦਾ ਰਿਹਾ। ਸੋ ਜੇ ਮਾਲਕ ਦੇ ਉਹ ਛੱਪਰ ਕਿੱਥੇ ਸੀ? UP ਦੇ ਵਿੱਚ। ਅਸੀਂ ਜੰਗਲਾਂ ਜਦੋਂ ਜ਼ਮੀਨਾਂ ਠੇਕੇ 'ਤੇ, ਇਹ ਨਹੀਂ ਕਿ ਸਾਡੇ ਕੋਲ ਘਰ ਨਹੀਂ ਸੀ, ਸਾਡੇ ਕੋਲ ਘਰ ਇੱਦਾਂ ਦਾ ਹੀ ਆ। ਇੱਥੇ ਤਾਂ ਲੋਕਾਂ ਦੀ ਮਜਬੂਰੀ 'ਚ ਛੱਪਰ 'ਚ ਰਹਿਣਾ ਪੈਂਦਾ, ਤੁਸੀਂ ਤਾਂ ਚੌਂਕ ਨੂੰ ਰਹਿੰਦੇ ਹੋ। ਚੌਂਕ ਨੂੰ ਨਹੀਂ ਮੈਂ ਰਹਿੰਦਾ ਸੀ, ਜਦੋਂ ਜੰਗਲ ਦੀ ਜ਼ਮੀਨ ਠੇਕੇ 'ਤੇ ਰਹਿਣੀ 500 ਕਿੱਲਾ, ਉੱਥੇ ਹੁਣ ਮਕਾਨ ਥੋੜ੍ਹਾ ਨਾ ਪਾ ਦੇਣਾ, 3 ਸਾਲਾਂ ਬਾਅਦ ਤਾਂ ਛੱਡ ਕੇ ਜਾਣਾ, ਉੱਥੇ ਛੱਪਰ 'ਚ ਰਹੀਦਾ ਸੀ। ਅਸੀਂ ਤਾਂ ਜੇ ਸਾਲ 'ਚ ਵੀ ਰਹੇ ਖੁਸ਼ ਰਹੇ ਹਾਂ, ਮਾਲਕ ਦੀ ਕਿਰਪਾ ਰਹੀ ਆ, ਔਰ ਮਿਹਨਤ ਕਰਕੇ ਅੱਜ ਇੱਥੇ ਪਹੁੰਚੇ ਹਾਂ ਖੇਤੀ ਕਰਕੇ। ਮੇਰੇ ਵਾਲਿਆਂ ਨੂੰ, ਬਾਕੀਆਂ ਨੂੰ ਪੁੱਛ ਲਿਓ, ਠਾਠ ਮੇਰੇ 'ਚ ਡਈ ਆ, ਕਰਦੇ ਕੀ ਆ। ਰਾਣਾ ਜੀ ਫਿਰ ਇੱਕ ਉੱਥੇ ਆ ਜਾਓ, ਜਦੋਂ ਤੁਸੀਂ ਕੈਬਨਿਟ 'ਚ ਸੀ, ਜਦੋਂ ਤੁਸੀਂ ਪਾਵਰ 'ਚ ਸੀ, ਤਾਂ ਉਦੋਂ ਜ਼ਿਹਨ ਦੇ ਵਿੱਚ ਦੇਖੋ, ਗੱਲਾਂ ਤਾਂ ਮੈਂ ਹਮੇਸ਼ਾ ਤੁਹਾਡੇ ਨਾਲ ਕਰਦਾ ਤਾਂ ਤੁਸੀਂ ਇਹ ਗੱਲ ਕਰਦੇ ਹੋ, ਪਰ ਉਦੋਂ ਕਦੇ ਐਸਾ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਕਿ ਯਾਰ ਆਹ ਰਸਤੇ ਕਿਸਾਨ ਮੇਰੇ ਵਰਗਾ ਡਰਾਇੰਗ ਰੂਮ ਤਾਂ ਬੇਸ਼ੱਕ ਨਹੀਂ, ਪਰ ਚਲੋ ਇਹਦੇ ਨਾਲ ਮਿਲਦਾ ਜੁਲਦਾ ਸੋਫਾ ਜ਼ਰੂਰ ਉਹਦੇ ਘਰ 'ਚ ਵੀ ਟਿਕ ਜੂਗਾ, ਕਿ ਕਿਸਾਨ ਨੂੰ ਕੋਈ ਮਦਦ ਕੀਤੀ ਜਾਵੇ ਫਾਈਨੈਂਸ਼ੀਅਲੀ ਨਹੀਂ, ਇੱਕ ਰੋਡ ਮੈਪ ਦੇ ਰਾਹੀਂ। ਤੁਸੀਂ ਕਦੇ ਵਿਧਾਨ ਸਭਾ 'ਚ ਇਹ ਦੇਖਿਆ, ਚਾਹੇ ਉਹ 2014 ਦੀ ਗੱਲ ਕਰ ਲਓ, 2015 'ਚ ਮੈਂ ਮੋਦੀ ਸਾਹਿਬ ਨੂੰ ਚਿੱਠੀ ਲਿਖੀ, ਉਹ ਸੋਲਰ ਕਰਦੇ ਸੀ। ਮੈਂ ਕਿਹਾ ਭਾਈ ਗੱਲ ਹੈ ਕਿ ਵੀ ਤੁਸੀਂ ਮਲਟੀਨੈਸ਼ਨਲ ਵੀ ਬੁਲਾ ਲਏ, ਵੱਡੇ ਗਰੁੱਪ ਹਿੰਦੁਸਤਾਨ ਦੇ ਵੀ ਸੋਲਰ ਦੇ ਵਿੱਚ ਤੁਸੀਂ ਲੈ ਆਏ ਹੋ, ਅਤੇ ਬਟ ਯੂ ਹੈ ਫੋਰਗੋਟਨ ਦੀ ਸਨ ਆਫ ਦੀ ਸੋਇਲ। ਮੇਰਾ ਮੰਨਣਾ ਉਦਣ ਵੀ ਇਹੀ ਸੀ, ਮੇਰਾ ਮੰਨਣਾ ਆਪਣੀ ਸਰਕਾਰ 'ਚ ਵੀ ਸੀ, ਮੇਰਾ ਮੰਨਣਾ ਅੱਜ ਵੀ ਇਹ ਆ ਕਿ ਜ਼ਿਮੀਂਦਾਰ ਜਿਹੜਾ ਆ, ਸਾਡੀ ਫਰੈਗਮੈਂਟੇਸ਼ਨ ਆਫ ਲੈਂਡ ਹੋ ਰਹੀ ਆ, ਜ਼ਮੀਨਾਂ ਵੰਡੀਆਂ ਜਾ ਰਹੀਆਂ, ਅਤੇ ਖੇਤੀ ਸ਼ਾਇਦ ਉਹਨੀ ਲਾਹੇਬੰਦ ਨਾ ਹੋ ਪਾਵੇ, ਖਰਚਾ ਵਧੀ ਜਾ ਰਿਹਾ। ਪਰਿਵਾਰ ਜੇ 2 ਕਿੱਲੇ 1 ਕਿੱਲਾ ਜ਼ਮੀਨ ਹੈ, ਉਹਦੇ 'ਚ ਵੀ ਉਹਨੂੰ ਟਰੈਕਟਰ ਚਾਹੀਦਾ, ਸਾਰੇ ਇੰਪਲੀਮੈਂਟ ਚਾਹੀਦੇ ਆ, ਅਤੇ ਘੱਟੋ ਘੱਟ ਆਪਾਂ ਟੂ ਬਿਗਿਨ ਵਿਦ ਕਿਸਾਨ ਨੂੰ ਐਂਟਰਪ੍ਰੀਨਿਓਰ ਬਣਾਓ, ਕਿਸਾਨ ਦੀ ਜਿਹੜੀ ਮੋਟਰ ਆ ਉਹਦੇ 'ਤੇ ਪੈਨਲ ਲਾਓ, ਉਹ ਆਪਣੀ ਮੋਟਰ ਵੀ ਚਲਾਵੇ, 90 ਦਿਨ ਤੋਂ ਬਾਅਦ ਮੋਟਰ ਨਹੀਂ ਚਲਾਉਂਦਾ, ਔਰ 265 ਦਿਨ, 285 ਬਣਦੇ ਆ, ਮੈਂ 265 ਕਹਿ ਰਿਹਾ, 265 ਦਿਨ, 365 ਦਿਨ ਲਾਉਣ ਲਈ 90 ਲਾ ਲਓ ਤਾਂ 285 ਹੋਣੇ ਚਾਹੀਦੇ ਆ। 20 ਦਿਨ ਉਹ ਲਾ ਲਓ ਜਿਸ ਦਿਨ ਝੜ ਹੋਵੇ, ਬੱਦਲ ਹੋਵੇ, ਧੁੰਦ ਹੋਵੇ, ਮੰਨ ਲਿਆ ਨਹੀਂ ਬਿਜਲੀ ਬਣੀ, ਉਹ ਜਿਹੜੀ ਬਿਜਲੀ 265 ਦਿਨ ਆਪਾਂ ਗਰਿੱਡ ਨੂੰ ਸਿੱਟਣੀ,
ਤੇ ਸਪਲਾਈ ਕਰਨੀ ਆ, 90 ਦਿਨ ਆਪ ਇਸਤੇਮਾਲ ਕਰਨੀ ਆ। ਜੇ ਅੱਜ 90 ਦਿਨ ਜ਼ਿਮੀਂਦਾਰ ਮੋਟਰ ਚਲਾਉਂਦਾ ਅਤੇ ਜੇ ਉਹਨੂੰ ਦਿਸਦਾ ਹੋਵੇ ਕਿ ਯਾਰ ਇਹ ਮੋਟਰ ਮੈਂ ਲੋਡ ਨਹੀਂ ਹਾਲੇ 4 ਦਿਨ ਟੱਪ ਸਕਦਾ, ਅਤੇ ਮੈਂ ਯਾਰ ਇਹਨੂੰ ਗ੍ਰਿਡ 'ਚ ਭੇਜਾਂ, ਮੈਂ ਨਹੀਂ ਚਲਾਉਣੀ ਮੋਟਰ, ਮੇਰੇ 4 ਪੈਸੇ ਬਣਦੇ ਆ, ਅਤੇ 5 ਸਾਲਾਂ 'ਚ ਤਾਂ ਪੈਸੇ ਪੂਰੇ ਹੋ ਜਾਂਦੇ ਆ। ਦੂਸਰੀ ਗੱਲ, ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਅੱਜ ਪੰਜਾਬ ਦੇ ਵਿੱਚ ਡੀਪਲੀਟਿੰਗ ਵਾਟਰ ਟੇਬਲ ਆ। ਅਸੀਂ ਪਾਣੀ ਬਹੁਤ ਕੱਢ ਰਹੇ ਹਾਂ, ਆਟੋ ਸਟਾਰਟਰ ਲਾਏ ਆ, ਅਤੇ ਜਦੋਂ ਜ਼ਿਮੀਂਦਾਰ ਨੂੰ ਪਤਾ ਹੋਏਗਾ ਕਿ ਯਾਰ ਇਹ ਪੈਨਲ ਜੇ ਮੈਂ ਪਾਣੀ ਨਾ ਕੱਢਿਆ ਤਾਂ ਬਿਜਲੀ ਗ੍ਰਿਡ ਨੂੰ ਜਮ੍ਹਾਂ ਹੋ ਜਾਏਗੀ, ਉਹਦੇ ਮੈਨੂੰ ਪੈਸੇ ਮਿਲਣੇ ਆ, ਅਤੇ ਉਹ ਐਵੇਂ ਆਵਾਗਾਉਣ ਪਾਣੀ ਨਹੀਂ ਕੱਢੇਗਾ, ਆਟੋ ਸਟਾਰਟਰ ਨਹੀਂ ਲਾਏਗਾ। ਸੋ ਮੇਰਾ ਮਤਲਬ ਹੈ ਜਿੱਥੇ ਕਿਸਾਨੀ ਦੀਆਂ ਗੱਲਾਂ ਕਰਨ ਦੀ ਲੋੜ ਆ, ਉੱਥੇ ਕਿਸਾਨ ਨੂੰ ਐਂਟਰਪ੍ਰੀਨਿਓਰ ਬਣਾਉਣ ਦੀ ਵੀ ਲੋੜ ਹੈ। ਰਾਣਾ ਜੀ ਆਪਾਂ ਸਿਆਸਤ ਵਾਲੇ ਪਾਸੇ ਆਈਏ ਵਾਪਸ। ਅੱਛਾ, ਸਿਆਸਤ, ਮੌਜੂਦਾ ਸਿਆਸਤ ਲੋਕ ਸਭਾ ਦੇ ਵਿੱਚ ਤੁਹਾਨੂੰ ਕੀ ਲੱਗਦਾ, ਕਿਹੜੇ ਮੁੱਦਿਆਂ 'ਤੇ ਸਿਆਸਤ ਜਿਹੜੀ ਇਸ ਵਾਰ ਹੋਣੀ ਚਾਹੀਦੀ ਹੈ ਅਤੇ ਚੱਲ ਰਹੀ ਹੈ? ਦੇਖੋ, ਪੰਜਾਬ ਦੀ ਜੇ ਗੱਲ ਕਰੀਏ, ਹਰ ਸਟੇਟ ਦੇ ਆਪਣੇ ਆਪਣੇ ਮੁੱਦੇ ਨੇ, ਔਰ ਪੰਜਾਬ ਔਰ ਜ਼ਿਆਦਾਤਰ ਜਿਹੜੇ ਸਿੱਖ, ਰਾਜਪੂਤ, ਮਾਰਸ਼ਲ ਕੌਮਾਂ ਜਿਹੜੀਆਂ, ਇਹਨਾਂ ਦੇ ਬੱਚੇ ਫੌਜ 'ਚ ਬਹੁਤ ਜਾਂਦੇ ਸੀ। ਹੁਣ ਤਾਂ ਸਾਰੇ ਜਾਣ ਲੱਗ ਪਏ, ਬਟ ਇਹਨਾਂ ਦਾ ਮਨ ਜ਼ਿਆਦਾ ਹੁੰਦਾ ਫੌਜ 'ਚ, ਅਤੇ ਅਗਨੀਵੀਰ ਬਣਾਤੇ। ਅਤੇ ਯਾਰ ਉਹ ਦੇਖੋ ਕਿੱਡਾ ਵੱਡਾ ਇੱਕ ਬੱਚੇ ਨਾਲ ਜਾਂ ਆਪਣੇ ਮੁਲਕ ਦੇ ਲੋਕਾਂ ਨਾਲ ਵਿਸ਼ਵਾਸਘਾਤ ਆ। ਹਾਫ ਹਾਰਟਡਲੀ ਬਣਦੇ ਲੋਕ ਅਗਨੀਵੀਰ, ਕੋਈ ਖੁਸ਼ੀ ਨਾਲ ਨਹੀਂ ਬਣਦੇ, ਕੁਝ ਹੋਰ ਕਰਨ ਨੂੰ ਨਹੀਂ। ਲੇਕਿਨ ਜਿੱਦਣ ਇਸ ਮੁਲਕ ਨੂੰ ਲੋੜ ਪਏਗੀ ਕਿ ਕੁਰਬਾਨੀਆਂ ਦੇਣ ਦੀ, ਉੱਦਣ ਯਾਦ ਕਰਨਗੇ ਕਿ ਭਾਈ ਇਹ ਸਾਡੀ ਗਲਤੀ ਸੀ। ਸੋ ਇੱਕ ਬੜਾ ਵੱਡਾ ਇਸ਼ੂ ਆ। ਫਿਰ ਉਹਦੇ ਬਾਅਦ ਕਿਸਾਨੀ ਦੇ ਮੁੱਦੇ, MSP, ਉਹ ਇੱਕ ਬੜਾ ਵੱਡਾ ਇਸ਼ੂ ਆ। ਫਿਰ ਜਿਹੜੀਆਂ ਬਾਰਡਰ ਦੇ ਸਟੇਟਸ ਨੇ, ਇਹਨਾਂ ਬਾਰੇ ਡਿਵੈਲਪਮੈਂਟ ਕਿੱਦਾਂ ਹੋਊਗੀ, ਇਹਦੀ ਸੋਚਣ ਦੀ ਲੋੜ ਹੈ। ਕਿਸਾਨ ਰਾਣਾ ਜੀ ਧਰਨੇ 'ਤੇ ਬੈਠੇ ਆ, ਲਗਾਤਾਰ ਬਾਰਡਰਾਂ 'ਤੇ ਬੈਠੇ ਆ। ਦੇਖੋ, ਲੋਕ ਸਭਾ ਚੋਣਾਂ ਦੇ ਨੇੜੇ ਜਾ ਕੇ ਲੱਗਦਾ ਸੀ ਵੀ ਕਿਤੇ ਨਾ ਕਿਤੇ ਸਰਕਾਰ 'ਤੇ ਦਬਾਅ ਬਣੂਗਾ, ਪਰ ਗੱਲ ਨਹੀਂ ਬਣੀ। ਸਰਕਾਰ ਨੇ ਤਾਂ ਦਬਾਅ ਝੱਲਿਆ ਹੀ ਨਹੀਂ, ਉਹ ਉਵੇਂ ਬੈਠਣਾ ਪੈ ਗਿਆ, ਚੋਣਾਂ ਅਨਾਊਂਸ ਹੋ ਗਈਆਂ, ਚੋਣ ਜ਼ਾਬਤਾ ਲੱਗ ਗਿਆ। ਐਸੇ ਹਾਲਾਤਾਂ ਦੇ ਵਿੱਚ ਤੁਹਾਡੀ ਪਾਰਟੀ ਨੇ, ਕਾਂਗਰਸ ਨੇ ਇਹ ਐਲਾਨ ਕਰਤਾ ਵੀ ਅਸੀਂ ਚੋਣ ਮੈਨੀਫੈਸਟੋ 'ਚ ਰੱਖਤਾ ਵੀ ਅਸੀਂ ਲਾਗੂ ਕਰਾਂਗੇ, ਅਸੀਂ ਇੱਕ MSP ਕਾਨੂੰਨ, ਗਰੰਟੀ ਕਾਨੂੰਨ ਲੈ ਕੇ ਆਵਾਂਗੇ। ਤਾਂ ਸੱਚੇ ਦਿਲ ਨਾਲ ਦੱਸਿਓ, ਇਹਦੇ 'ਤੇ ਲੋਕ ਯਕੀਨ ਕਰ ਲੈਣ? ਕਿਉਂ ਨਾ ਕਰਨ, ਵਾਅਦੇ ਤਾਂ ਅੱਗੇ ਵੀ ਬਹੁਤ ਹੁੰਦੇ ਆ। ਕਰਨ MSP ਨਹੀਂ, ਪਰ ਕਿਉਂ ਕਰਨ? ਪਹਿਲਾਂ ਵੀ ਤਾਂ ਬੜੇ ਵਾਰੀ ਵਾਅਦੇ ਹੋਏ। ਕੋਈ ਵਾਅਦਾ ਨਹੀਂ, ਅਸੀਂ ਵਾਅਦਾ ਜਦੋਂ ਕੀਤਾ ਕਿ MSP ਹੋਣੀ ਚਾਹੀਦੀ ਆ, ਇਹ ਦੇਣ ਕਾਂਗਰਸ ਪਾਰਟੀ ਦੀ ਆ। ਹੁਣ ਕਿਸਾਨਾਂ ਦੀ ਡਿਮਾਂਡ ਹੈ ਕਿ ਵੀ ਇਹਨੂੰ ਥੋੜ੍ਹਾ ਜਿਹਾ ਹੋਰ ਵਧਾਓ। ਯਾਰ ਉਹ ਫਿਰ ਵਧਾਉਣਾ ਪਊਗਾ, ਵਧਾਉਣਾ ਚਾਹੀਦਾ, ਕਿਸਾਨ ਬਾਰੇ ਸੋਚਣਾ ਚਾਹੀਦਾ। ਤੁਹਾਨੂੰ ਦਿਲੋਂ ਯਕੀਨ ਹੈ ਕਿ ਹੋ ਜਾਏਗਾ? ਬਿਲਕੁਲ ਹੋਏਗਾ, ਮੈਨੂੰ ਦਿਲੋਂ ਯਕੀਨ ਹੈ। ਜਿਹੜਾ ਕੋਈ ਜੇ ਮੰਨ ਲਓ ਇੰਦਰ ਪ੍ਰਤਾਪ ਵਰਗੇ ਮੁੰਡੇ ਉੱਥੇ ਜਾਣਗੇ, ਬੋਲਣਗੇ, ਪਾਰਟੀ ਦਾ MP ਦੀ ਆ ਨਾ, ਅਤੇ ਜੇ ਸਾਡੇ ਹੀ ਬੰਦੇ ਰੌਲਾ ਪਾਉਣਗੇ ਕਿਸਾਨ ਹਿੱਤ 'ਚ, ਤਾਂ ਹੋਣਗੀਆਂ ਗੱਲਾਂ, ਹੋਣਗੀਆਂ ਕਿਉਂ ਨਹੀਂ? ਚਲੋ, ਬਹੁਤ ਵਧੀਆ ਗੱਲ, ਹੋਣਾ ਚਾਹੀਦਾ, ਪਰ ਮਗਰੋਂ ਕਹਿੰਦੇ ਆ ਕਿ ਪਾਰਟੀਆਂ ਪਹਿਲਾਂ ਕੁਛ ਹੋਰ ਹੁੰਦੀਆਂ, ਬਿਆਨ ਕੁਛ ਹੋਰ ਹੁੰਦੇ, ਮਗਰੋਂ ਚੀਜ਼ਾਂ ਬਦਲ ਜਾਂਦੀਆਂ। ਮੈਂ ਕਹਿੰਦਾ ਹੋ ਜੇ, ਪਰ ਰੱਬ ਨਾ ਕਰੇ, ਜੇ ਕਿਤੇ ਡਿੱਕਾ ਆਉਂਦਾ ਫਿਰ ਰਾਣਾ ਜੀ ਦਾ ਕੀ ਸਟੈਂਡ ਹੋਏਗਾ? ਰਾਣੇ ਦਾ ਸਟੈਂਡ ਕਿਸਾਨਾਂ ਦੇ ਨਾਲ ਹੋਵੇਗਾ, ਫਿਰ ਪਾਰਟੀ ਨਾਲ ਸਟੈਂਡ ਪਾਰਟੀ ਨਾਲ ਨਹੀਂ ਹੋਏਗਾ। ਜੇ ਸਾਡੇ ਕਿਸਾਨਾਂ ਦੀ ਗੱਲ ਨਾ ਮੰਨੀ ਤਾਂ ਯਾਰ ਇੱਕ ਪੰਨਾ ਹੀ ਤਾਂ ਚਾਹੀਦਾ, ਉੱਥੇ ਇਹੀ ਲਿਖਣਾ ਕਿ ਮੈਂ ਰਿਜ਼ਾਈਨ ਕੀਤਾ, ਹੋਰ ਇਹ ਦੁਪਹਿਰੇ ਕੀ ਗੱਲ ਹੈ, ਕਰ ਦਿਆਂਗੇ ਕਿਸਾਨਾਂ ਦੇ ਹਿੱਤ 'ਚ, ਜੋ ਕਰਨਾ ਪਿਆ ਉਹ ਕਰਾਂਗੇ। ਪਿਓ ਪੁੱਤ ਦੋਨੇ ਅਸਤੀਫਾ ਦੇ ਦੇਣਗੇ ਜੇ ਨਹੀਂ ਲਾਗੂ ਹੋਏਗਾ ਤਾਂ? ਮੈਨੂੰ ਪਾਰਲੀਮੈਂਟ 'ਚ ਭੇਜਣਾ, 2 ਸੀਟਾਂ ਦਵਾ ਦੇ। ਨਹੀਂ, ਪਰ ਇੱਥੋਂ ਵੀ ਤਾਂ ਤੁਸੀਂ ਉੱਧਰ ਬੈਠੇ ਆ ਨਾ। ਨਹੀਂ, ਕੱਲਾ ਮੁੰਡੇ ਦਾ ਤੁਸੀਂ ਅਸਤੀਫਾ ਲੈ ਲਓ। ਪਾਰਲੀਮੈਂਟ ਦੀ ਗੱਲ ਕਰ ਰਹੇ ਹਾਂ, ਪਾਰਟੀ ਦੀ ਗੱਲ ਵੀ ਹੈ ਨਾ ਜੀ। ਪਾਰਟੀ ਦੀ ਨਹੀਂ, ਪਾਰਲੀਮੈਂਟ ਦੀ ਗੱਲ ਹੈ, ਇਹ ਮੇਰੀ ਪਾਰਟੀ। ਇੱਥੇ ਮੈਂ ਅਸਤੀਫਾ ਦੇ ਦੂੰ ਕੀ ਹੋ ਜਾਊਗਾ, ਰਾਜਭਾਗ ਕਿਹਦਾ? ਗੱਲ ਪ੍ਰੈਕਟੀਕਲ ਕਰੀਏ, ਇੱਕ MLA ਦੇ ਦੇ ਪਾਰਟੀ ਦੇ ਦਬਾਅ। ਚਲੋ, ਮੈਂ ਅੱਜ ਅਸਤੀਫਾ ਦੇ ਰਿਹਾ MLA,
ਐਮਐਸਪੀ ਨਹੀਂ ਦਿੰਦੇ ਮੈਂ ਅਸਤੀਫਾ ਨਹੀਂ ਨਾ ਦਿਓ ਜੀ ਪਹਿਲਾਂ ਹੀ ਜਿਹੜਾ ਹੈਗਾ ਬਾਇਪੋਲ ਦਾ ਜਿਹੜਾ ਬੋਝ ਹੈ ਪਹਿਲਾਂ ਹੀ ਲੋਕਾਂ ਤੇ ਬੜਾ ਪੈਣਾ ਹੈ ਫਿਰ ਨਾਲੇ ਤਾਂ ਇਹ ਤੋਂ ਬਚਿਓ ਨਾਲੇ ਤਾਂ ਲਾਗੂ ਹੀ ਕਰਵਾ ਦਿਓ ਤੁਸੀਂ ਲਾਗੂ ਹੀ ਕਰਵਾ ਦਿਆ ਜੇ ਤੁਸੀਂ ਨਹੀਂ ਪੂਰਾ ਲਾਗੂ ਕਰਾਵਾਂਗੇ ਕੋਈ ਗੱਲ ਹੀ ਨਹੀਂ ਰਾਣਾ ਜੀ ਦੋ ਸਾਨੂੰ ਅੰਦਰਲੀਆਂ ਗੈਲਰੀਆਂ ਜੀ ਵੀ ਦਿਖਾ ਦਿਓ ਮੈਂ ਤਾਂ ਇੱਕ ਦੋ ਵਾਰੀ ਵੇਖੀਆਂ ਤੇ ਪਰ ਮੈਂ ਕਹਿੰਦਾ ਇੱਕ ਗੱਲ ਮਨ ਚ ਧਾਰ ਲਓ ਜੀ ਰਾਣਾ ਛੱਪਰਾਂ ਚ ਬਹਿਣ ਵਾਲਾ ਬੰਦਾ ਰਹਿਣ ਵਾਲਾ ਬੰਦਾ ਸੀ ਛੱਪਰਾਂ ਚ ਵੀ ਰਹੇ ਹਾਂ ਔਰ ਮਿਹਨਤ ਕੀਤੀ ਸਾਰੀ ਉਮਰ ਬਾਕੀ ਸਿਆਸਤਦਾਨਾਂ ਨੂੰ ਤੁਸੀਂ ਪੁੱਛੋ ਭਾਈ ਤੁਹਾਡਾ ਇੱਕ ਅੱਧਾ ਨੁਕਤਾ ਦੱਸਿਆ ਜੇ ਜਿਹੜਾ ਛੱਪਰ ਤੋਂ ਮੈਂ ਕਹਿੰਦਾ ਕਿ ਸਾਰਾ ਤਰੱਕੀ ਹੋਵੇ ਸਾਡੇ ਤੁਸੀਂ ਤਰਾਈ ਚ ਜਾਓ ਨਾ ਜਿੱਥੇ ਮੈਂ ਜੰਮੇ ਆਪਣਿਆ ਜਿੱਥੋਂ ਮੈਂ ਤਰੱਕੀ ਕੀਤੀ ਆ ਉੱਥੇ ਸਾਰੇ ਹੀ ਠੂਹੇ ਆ ਮੇਰੇ ਵਰਗੇ ਹੀ ਆ ਮੇਰੇ ਵਰਗੇ ਹੀ ਆ ਮਿਹਨਤ ਕਰਦੇ ਅੱਜ ਵੀ ਉਹਨਾਂ ਦੇ ਮੁੰਡੇ ਚੜ ਕੇ ਵੇਖੋ ਕੋਈ ਡਰੱਗ 'ਚ ਨਹੀਂ ਮਿਹਨਤ ਕਰਨ 'ਚ ਲੱਗੇ ਵਾ ਅੱਛਾ ਰਾਣਾ ਜੀ ਸਿਆਸਤ ਵਾਲੇ ਪਾਸੇ ਫਿਰ ਆਪਾਂ ਜੰਪ ਕਰੀਏ ਜਦੋਂ ਕਹਿੰਦੇ ਵੋਟਾਂ ਨੇੜੇ ਆ ਜਾਂਦੀਆਂ ਨਾ ਜੋੜ ਤੋੜ ਬੜਾ ਸ਼ੁਰੂ ਹੋ ਜਾਂਦਾ ਮੈਂ ਜਿਹੜੀ ਗੱਲ ਤੁਸੀਂ ਉਦੋਂ ਕੱਟਤੀ ਸੀਗੀ ਉਦੋਂ ਗਲਤ ਟਾਈਮ 'ਤੇ ਸਵਾਲ ਹੋ ਗਿਆ ਸੀ ਮੈਨੂੰ ਇਹ ਦੱਸਿਓ ਕਿ ਪਾਰਟੀਆਂ ਵੀ ਦੇਖਦੀਆਂ ਕਿ ਫਲਾਨੀ ਪਾਰਟੀ ਵਾਲਾ ਕਿਉਂ ਨਾ ਲੀਡਰ ਚੱਕ ਲਈਏ ਤਾਂ ਲੀਡਰ ਵੀ ਸੋਚਦੇ ਆ ਜਿੱਤਿਆ ਮੈਂ ਇੱਧਰੋਂ ਹਾਂ ਇੱਧਰ ਮੈਂ ਚੀਫ ਮਿਨਿਸਟਰ ਵੀ ਬਣ ਗਿਆ ਇੱਧਰ ਮੈਂ ਮਿਨਿਸਟਰ ਵੀ ਬਣ ਗਿਆ ਹੁਣ ਮੈਂ ਪਾਰਟੀ ਬਦਲ ਲਾਂ ਐਸੀ ਵਿਚਾਰਧਾਰਾ ਐਸੀ ਸੋਚ ਕਿਉਂ ਆਉਂਦੀ ਹੈ ਯਾਰ ਮੈਂ ਇੱਕ ਜ਼ਿਮੀਂਦਾਰ ਜੱਟ ਕਹਿ ਲਓ ਕਿਸਾਨ ਕਹਿ ਲਓ ਕਿਸਾਨ ਪਨੀਰੀ ਜੀ ਬੀਜ ਕੇ ਟਰਾਂਸਪਲਾਂਟ ਕਰੇ ਜੀ ਚਾਹੇ ਉਹ ਫਲਾਂ ਦੇ ਬੂਟੇ ਹੋਣ ਚਾਹੇ ਝੋਨੇ ਦੀ ਹੋਵੇ ਅਤੇ ਉਹ ਸਮੇਂ ਨਾਲ ਹੀ ਹੁੰਦੀ ਆ ਜਦੋਂ ਉਮਰ ਛੋਟੀ ਹੋਵੇ ਹੁਣ ਪੱਕੇ ਉਹ ਬੂਟੇ ਤੁਸੀਂ ਪੱਟ ਕੇ ਇੱਥੋਂ ਉੱਧਰ ਲੈ ਜਾਓਗੇ ਤਾਂ ਮੋਰਟੈਲਿਟੀ ਰੇਟ ਬੜਾ ਵੱਧ ਜਾਂਦਾ ਅਤੇ ਉਹਨਾਂ 'ਚੋਂ ਨਾ ਮੈਂ ਬੜੀ ਗਹਿਰੀ ਗੱਲ ਕਰ ਰਿਹਾ ਇੱਕ ਪੌਦੇ ਦੀ ਤੁਹਾਨੂੰ ਉਦਾਹਰਨ ਦਿੱਤੀ ਜੇ ਪੌਦਾ ਇੱਕ ਵੱਡਾ ਪੇੜ ਪੱਟ ਕੇ ਤਾਂ ਦੂਜੀ ਜਗ੍ਹਾ ਲਗਾਓ ਇਹ ਕੋਈ ਜ਼ਰੂਰੀ ਨਹੀਂ ਕਿ ਵੀ ਉੱਥੇ ਚੱਲੇ ਅਤੇ ਜੇ ਸਹੀ ਸਾਈਜ਼ ਸਹੀ ਉਮਰ 6 ਮਹੀਨੇ ਦਾ ਸਾਲ ਦਾ ਬੂਟਾ ਨਰਸਰੀ ਤੋਂ ਲਿਆਂਦਾ ਜਾ ਕੇ ਬਾਗ 'ਚ ਆਪਣੇ ਗਾਰਡਨ 'ਚ ਲਾ ਲਿਆ ਹੋ ਜਾਣਾ ਕਿੰਨਾ ਲੋਕ ਇਹਨਾਂ ਚੀਜ਼ਾਂ ਲੈ ਕੇ ਅੱਕੇ ਹੁੰਦੇ ਆ ਉਹ ਆਉਂਦੇ ਚੁਣੀ ਦਾ ਕਿਤੇ ਆ ਜਾਂਦਾ ਕਿਤੇ ਆ ਨਿਕਲਦਾ ਕਿਤੇ ਆ ਲੋਕ ਆਉਂਦੇ ਸਾਨੂੰ ਸਮਝ ਨਹੀਂ ਆ ਰਹੀ ਕਿ ਬਣ ਕੇ ਐਸਾ ਹੁੰਦਾ ਕਿਉਂ ਆ ਐਸੇ ਹਾਲਾਤ ਪੈਦਾ ਕਿਉਂ ਹੁੰਦੇ ਆ ਪਿੱਛੇ ਕੀ ਆ ਇਸ ਕਰਕੇ ਕੀ ਸ਼ਾਰਟਕੱਟ ਆ ਸ਼ਾਰਟਕੱਟ ਮਾਰਨਾ ਚਾਹੁੰਦੇ ਆ ਪੋਲੀਟੀਕਲ ਪਾਰਟੀਆਂ ਔਰ ਅੱਜ ਤੁਸੀਂ ਦੇਖੋ ਕਿ ਕਾਂਗਰਸ ਪਾਰਟੀ ਨੇ 5-7 ਲੈਂਦੇ ਸੀਗੇ ਉਹਨਾਂ ਦਾ ਕਾਂਗਰਸ ਪਾਰਟੀ ਨੂੰ ਫਾਇਦਾ ਕੀ ਹੋਇਆ ਕਦੇ ਉਹਨਾਂ ਦੀ ਆਈਡੀਓਲੋਜੀ ਕਾਂਗਰਸ ਵਾਲੀ ਬਣ ਸਕਦੀ ਆ ਇਸੇ ਤਰ੍ਹਾਂ ਮੈਂ ਕਿਸੇ ਹੋਰ ਪਾਰਟੀ 'ਚ ਚੱਲ ਜਾਂ ਮੈਨੂੰ ਉੱਥੇ ਦੇ ਜਿਹੜੇ ਪੁਰਾਣੇ ਲੀਡਰ ਆ ਬਰਦਾਸ਼ਤ ਕਰਨਗੇ ਉਹਨਾਂ ਦੇ ਰੀਤੀ ਰਿਵਾਜ ਉਹਨਾਂ ਦੀਆਂ ਗੱਲ ਕਰਨ ਦੇ ਤਰੀਕੇ ਕਦੋਂ ਕਰਨੀ ਮੈਂ ਸਿੱਖਿਆ ਹੀ ਨਹੀਂ 65 ਸਾਲ ਦੀ ਮੇਰੀ ਉਮਰ ਹੈ ਹਾਂਜੀ ਅਤੇ ਇਹ ਬੜਾ ਔਖਾ ਹੋ ਜਾਂਦਾ ਜਾ ਕੇ ਐਡਜਸਟ ਨਹੀਂ ਪਰ ਮੈਂ ਯਾਰ ਆਪਣੇ ਤਾਂ ਇਹ ਮੰਨਦੇ ਆ ਲੜਕੀ ਵੀ 24-25 ਸਾਲ ਦੀ ਵਿਆਹ ਦੇਣੀ ਚਾਹੀਦੀ ਆ ਜੇ ਉਹ ਜਦੀ ਉਮਰ ਦੀ ਹੋ ਜਾਏ ਉਹਦੀਆਂ ਆਦਤਾਂ ਪੱਕ ਜਾਂਦੀਆਂ ਫਿਰ ਉਹਦੇ ਲਈ ਐਡਜਸਟ ਕਰਨਾ ਔਖਾ ਹੋ ਜਾਂਦਾ ਦੂਜੇ 50-60 ਸਾਲ ਦੇ ਸੀ ਚੱਕ ਚੱਕ ਕੇ ਲੈ ਕੇ ਜਾ ਰਹੇ ਉਹਨਾਂ ਦੀਆਂ ਆਦਤਾਂ ਕਾਂਗਰਸੀ ਵਾਲੀਆਂ ਲੈ ਜਾਓ ਬੀਜੇਪੀ 'ਚ ਫਿਰ ਵਾਪਸ ਹੀ ਆਉਣਗੇ ਖੂੰਡੀ ਸਹਾਰੇ ਵੀ ਇੱਥੇ ਤਾਂ ਮੈਂ ਲੀਡਰ ਪਾਰਟੀਆਂ ਬਦਲਦੇ ਵੇਖਿਆ ਉਹ ਚਲੋ ਅਨਫੋਰਚੁਨੇਟ ਰਾਣਾ ਜੀ ਚਰਚਾਵਾਂ ਤੁਹਾਨੂੰ ਲੈ ਕੇ ਵੀ ਬੜੀਆਂ ਕਿਤੇ ਕਿਤੇ ਛਿੜ ਪੈਂਦੀਆਂ ਵੀ ਰਾਣਾ ਗੁਰਜੀਤ ਸਿੰਘ ਵੀ ਕਿਤੇ ਐਵੇਂ ਜੰਪ ਜੁੰਪੜਾ ਮਾਰ ਜਾਂਦੇ ਇੱਧਰ ਉੱਧਰ ਕੀ ਰੀਤਾਂ ਵੱਡੀ ਕੁਰਸੀ ਦੇਖ ਜਾਂਦੇ ਰਾਣੇ ਦਾ ਮੁੱਲ ਤਾਂ ਹੈ ਨਹੀਂ ਜਾਂਦੇ ਹੋ ਤਾਂ ਤੁਸੀਂ ਕਹਿੰਦੇ ਕਿ ਨਹੀਂ ਮੈਂ ਗਿਆ ਤਾਂ ਨਹੀਂ ਹਾਂ ਨਹੀਂ ਨਹੀਂ ਮੈਂ ਤਾਂ ਗੱਲ ਕਰ ਜਾਊਂਗਾ ਮੇਰੇ ਕੋਲ ਆ ਜਾਇਓ
ਆਹੀ ਮਾਈਕ ਲੈ ਕੇ ਨਹੀਂ ਵੈਸੇ ਗੱਲਬਾਤ ਕੋਈ ਚੱਲੀ ਮਾੜੀ ਮੋਟੀ ਕੇਰੀ ਕੋਈ ਕੇਂਦਰ ਕੁੰਦਰ ਦੀ ਕੁਰਸੀ ਦਾ ਵੀ ਗੱਲ ਬਣ ਜਾਂਦੀ ਹੈ ਏਦਾਂ ਦੀ ਕੋਈ ਗੱਲ ਨਹੀਂ ਰਾਣਾ ਜੀ ਦੇ ਠਾਠ ਪਾਠ ਨੇ ਰਾਣਾ ਜੀ ਠਾਠ ਪਾਠ ਦੇ ਕੇ ਗੱਲ ਸੁਣ ਲਿਓ ਜਿਸ ਬੰਦੇ ਨੂੰ ਸ਼ੌਕ ਨੀ ਬੰਦਾ ਹੀ ਨੀ ਜੀ ਫਿਰ ਉਹ ਸ਼ੌਕ ਪੂਰੇ ਕਰਨ ਲਈ ਸਾਰੀ ਉਮਰ ਖੋਤੇ ਵਾਂਗਰ ਕੰਮ ਕੀਤਾ ਕੋਈ ਮਨ ਚ ਕੋਈ ਰਹਿ ਗਈ ਆ ਰਹਿ ਗਿਆ ਕਰਨ ਵਾਲਾ ਜੀ ਨਹੀਂ ਮੈਂ ਤਾਂ ਰੋਜ਼ ਸਵੇਰੇ ਜਦੋਂ ਪਾਠ ਕਰਕੇ ਉੱਠਦਾ ਉਹਨੂੰ ਕਹਿੰਦਾ ਤੇਰਾ ਸ਼ੁਕਰ ਹੈ ਕਿ ਜਿਸ ਘਰ 'ਚ ਜਮਾਇਆ ਜਿੱਦਾਂ ਦੇ ਮਾਤਾ ਪਿਤਾ ਦਿੱਤੇ ਜਿੱਦਾਂ ਦਾ ਪਰਿਵਾਰ ਦਿੱਤਾ ਅੱਗੇ ਬੱਚੇ ਦਿੱਤੇ ਮਾਲਕ ਪਾਸੇ ਕਿਰਪਾ ਬਣਾਈ ਰਾਣਾ ਜੀ ਤੁਸੀਂ ਦੇਖੋ ਆਪਾਂ ਜੇ ਕਿਸਾਨ ਦੇ ਤੌਰ 'ਤੇ ਵੇਖੀਏ ਤਾਂ ਤੁਸੀਂ ਕਾਮਯਾਬ ਹੋਗੇ ਕਿਸਾਨੀ ਕਾਮਯਾਬ ਹੋਗੀ ਬਿਜ਼ਨਸਮੈਨ 'ਚ ਤੁਸੀਂ ਬਿਜ਼ਨਸਮੈਨ ਦੇ ਤੌਰ 'ਤੇ ਵੀ ਕਾਮਯਾਬ ਹੋਗੇ ਇੱਕ ਲੀਡਰ ਵੀ ਹੋ ਲੀਡਰ ਦੇ ਤੌਰ 'ਤੇ ਜਿਹੜੀ ਹਮੇਸ਼ਾ ਤਾਂ ਵਾਲੀ ਕੁਰਸੀ ਵੱਲ ਨਿਗਾਹ ਜਾਂਦੀ ਰਹਿੰਦੀ ਹੈ ਕਿ ਪਹਿਲਾਂ MLA ਫਿਰ ਮੰਤਰੀ ਫਿਰ ਮੁੱਖ ਮੰਤਰੀ ਫਿਰ ਤਾਣੂ ਪ੍ਰਧਾਨ ਮੰਤਰੀ ਵਾਲੇ ਪਾਸੇ ਨੂੰ ਸੁਪਨੇ ਆਉਣ ਲੱਗ ਜਾਂਦੇ ਬੰਦੇ ਨੂੰ ਕਿੱਥੇ ਸਰਦਾ ਅਤੇ ਮੰਤਰੀ ਤੱਕ ਤੁਸੀਂ ਪਹੁੰਚ ਗਏ ਕਦੇ ਜ਼ਹਿਨ 'ਚ ਇਹ ਤਮਾ ਹੈ ਹਲੇ ਕਿ ਯਾਰ ਕੁਰਸੀ ਵਿਚਾਲੜੀ 'ਤੇ ਵੀ ਬਹਿਣਾ ਕਦੇ ਇਹ ਸੋਚਣਾ ਹੋਈ ਹੈ ਜੇ ਸੋਚੇ ਲਿਖਵਾ ਜੀ ਕਰਦਾ ਕਿ ਨਹੀਂ ਮੈਂ ਤਾਂ ਸਿੱਧਾ ਜਿਹਾ ਗੱਲ ਆ ਚੰਨੀ ਨੇ ਸੋਚਿਆ ਸੀ ਮੈਂ ਬੈਠੂ ਕੋਈ ਸੁਪਨਾ ਨੀ ਮਾਲਕ ਦੀ ਮਰਜ਼ੀ ਆ ਮੈਂ ਤਾਂ ਯਾਰ MLA ਬਣਨ ਦਾ ਸੁਪਨਾ ਨੀ ਲਿਆ ਸੀ MLA ਬਣ ਲੈ MP ਵੀ ਬਣ ਲੈ ਵਜ਼ੀਰ ਵੀ ਬਣ ਲੈ ਇਹਨਾਂ ਪ੍ਰਸਥਿਤੀਆਂ 'ਚ ਆਜ਼ਾਦ ਮੁੰਡਾ ਵੀ ਜਿਤਾ ਲਿਆ ਜਿਤਾਉਣ ਵਾਲਾ ਮਾਲਕ ਆ ਲੇਕਿਨ ਜਿੱਤਿਆ ਤਾਂ ਰਾਣਾ ਇੰਦਰ ਪ੍ਰਤਾਪ ਹੈ ਨਾ ਗੁਰੂ ਨਾਨਕ ਦੀ ਮਿਹਰ ਹੋਈ ਉਹਦਾ ਸ਼ੁਕਰ ਕਰਦੇ ਹਾਂ ਅੱਛਾ ਪਾਰਟੀ ਨੂੰ ਕੋਈ ਸਲਾਹ ਦੇਣੀ ਹੈ ਜਿਵੇਂ ਇੱਕ ਸੱਜੇ ਭੱਜ ਜਾਂਦਾ ਖੱਬੇ ਭੱਜ ਜਾਂਦਾ ਇਹ ਮੇਰੇ ਨਾਲ ਸਾਰੇ ਹੀ ਸੀਨੀਅਰ ਹੈ ਸਾਰੇ ਹੀ ਸੂਝਵਾਨ ਹੈ ਇਹ ਬਈ ਮੈਂ ਇਹਨਾਂ ਨੂੰ ਸਲਾਹ ਦੇਣ ਲਾਇਕ ਨਹੀਂ ਸਮਝਦਾ ਆਪਣੇ ਆਪ ਨੂੰ ਮਾਦਾ ਹੈ ਨਹੀਂ ਅਜੇ ਨਾ ਮੇਰੀਆਂ ਲੱਤਾਂ ਹੀ ਨਹੀਂ ਭਾਰ ਚੱਲਦੀਆਂ ਮੈਂ ਏਡੇ ਵੱਡੇ ਲੀਡਰਾਂ ਨੂੰ ਸਲਾਹ ਦਿਆਂ ਮੁੱਖ ਮੰਤਰੀ ਉਮੀਦਵਾਰ ਕਿੰਨੇ ਆ ਤੁਹਾਡੇ ਕੋਲ 5-7 ਹੈਗੇ ਕੋਈ ਉਦਾਹਰਨ ਉਦਾਹਰਨ ਦੇਈਏ ਕੋਈ ਨਾ ਇੱਦਾਂ ਇੱਦਾਂ ਔਰ ਠੀਕ ਹੈ ਹਰੇਕ ਦੀ ਜੇ ਮਰਜ਼ੀ ਆ ਮਿਹਨਤ ਕਰਨ ਇਕੱਠੇ ਹੋ ਕੇ ਜ਼ੋਰ ਲਾਈਏ ਬਣਨਾ ਇੱਕ ਨੇ ਔਰ ਦੂਸ਼ਣਬਾਜ਼ੀ ਰਿਵਾਜ ਹੋ ਗਿਆ ਔਰ ਲੋਕ ਵੀ ਕਹਿੰਦੇ ਯਾਰ ਇਹਨੇ ਗੱਡ ਕੇ ਸਟੇਟਮੈਂਟ ਦਿੱਤੀ ਸਟੇਟਮੈਂਟ ਅੱਜ ਦਿੱਤੀ ਆ ਕੱਲ੍ਹ ਨੂੰ ਉਹਦੇ 'ਤੇ ਪੈਰਵਾਈ ਪਹਿਰਾ ਦਿੱਤਾ ਕਿ ਨਹੀਂ ਦਿੱਤਾ ਕਦੇ ਵੀ ਨਹੀਂ ਕਿਸੇ ਨੇ ਦਿੱਤਾ ਆਪਾਂ ਜ਼ਿੰਦਗੀ 'ਚ ਚਾਹੇ ਬਾਹਰ ਹੋਈਏ ਜਨਤਾ 'ਚ ਚਾਹੇ ਵਿਧਾਨ ਸਭਾ 'ਚ ਹੋਈਏ ਮੁੱਦੇ ਅਸੀਂ ਵੀ ਚੱਕਦੇ ਹਾਂ ਲੇਕਿਨ ਜੇ ਜ਼ਬਾਨ ਤੇ ਕੰਟਰੋਲ ਕਹਿੰਦੇ ਬਹੁਤ ਜ਼ਰੂਰੀ ਹੈ ਜੇ ਸਰਕਾਰ ਨੂੰ ਕ੍ਰਿਟੀਸਾਈਜ਼ ਕਰੀਦਾ ਕਿ ਤੁਸੀਂ ਆਹ ਨਹੀਂ ਕੀਤਾ ਨਾਲ ਉਹਦਾ ਸੋਲਿਊਸ਼ਨ ਦੇਈਦਾ ਸੋਲਿਊਸ਼ਨ ਦੇਣਾ ਬੜਾ ਜ਼ਰੂਰੀ ਆ ਕ੍ਰਿਟੀਸਾਈਜ਼ ਕਰਨਾ ਤਾਂ ਬਹੁਤ ਸੌਖਾ ਜ਼ਬਾਨ ਤੇ ਕਹਿੰਦੇ ਕੰਟਰੋਲ ਵੀ ਬੜਾ ਜ਼ਰੂਰੀ ਬਹੁਤ ਜ਼ਰੂਰੀ ਆ ਅੱਜ ਕੱਲ੍ਹ ਬੜਾ ਘੱਟ ਹੈ ਕਹਿੰਦੇ ਲੀਡਰਾਂ ਦਾ ਅਤੇ ਭੁਗਤ ਵੀ ਹੋ ਹੀ ਰਿਹਾ ਸਾਡਾ ਕੀ ਲੈ ਰਿਹਾ ਅੱਛਾ ਮੌਜੂਦਾ ਸਰਕਾਰ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੀ ਨੂੰ ਦੇਖੋ ਮੈਂ ਸਰਕਾਰ ਨਿਊਟਰਲ ਹੋ ਕੇ ਦੱਸ ਰਿਹਾ
ਇਹ 6 ਮਈ ਆ ਕਿ 4 ਆ ਅੱਜ? ਨਹੀਂ ਨਹੀਂ 6 ਜੂਨ ਹੈ ਕਿ ਵੋਟਾਂ ਨਤੀਜਾ ਪਹਿਲੀ ਨੂੰ ਵੜਨਾ ਤੇ 4 ਨੂੰ 4 ਨੂੰ 4 ਨੂੰ ਪਤਾ ਲੱਗ ਜਾਣਾ ਜੀ ਕਿ ਕੌਣ ਕੌਣ ਕਿਤਨੇ ਪਾਣੀ ਮੈਂ ਆ ਪਿੱਛੇ ਕੀ ਚੀਜ਼ ਬਣੀ ਰਾਣਾ ਜੀ? ਇਹ ਬਿਲਕੁਲ ਓਪਨ ਹੈ, ਕੋਰਟਯਾਰਡ ਆ। ਅੱਛਾ ਜੀ, ਇੱਥੇ ਫੰਕਸ਼ਨ ਕਰਦੇ ਬੈਠ ਕੇ? ਨਾ, ਜਦੋਂ ਮੌਸਮ ਸਹੀ ਹੋਵੇ ਜੀ ਤਾਂ ਉਹਦੇ ਥੱਲੇ ਥੋੜ੍ਹੇ ਡੈਕੋਰੇਸ਼ਨ ਕੋਈ ਤਬਦੀਲੀ ਨਹੀਂ, ਉਹ ਪਿੱਛੇ ਜੇ ਚਾੜ ਜੇ ਉੱਪਰ ਪਾਏ ਸੀਗੇ ਜੀ, ਉਦਾਂ ਹੀ ਉਹਨੂੰ ਚ ਲਾਈਟਾਂ ਲਾਈਆਂ ਸੀ, ਓਪਨ ਹੋ ਗਿਆ ਯਾਨੀ ਹੁਣ ਇਕੱਠੇ ਕਰ ਰਹੇ ਆ। ਉੱਪਰ ਜਾਲ ਜੂਲਾ ਵੀ ਲਾਇਆ ਵੀ ਕੋਈ ਜਾਨਵਰ ਜੂਨਵਰ ਨਾ ਆਵੇ ਅੰਦਰ, ਉਹ ਜਿਹੜੇ ਪੰਛੀ ਆ ਉਹ ਨਾ ਆਉਣ ਥੱਲੇ ਨਾ ਆਉਣ ਤੇ ਵੈਸੇ ਓਪਨ ਨਾ ਕਰਨ। ਇਹ ਮਾੜਾ ਮੋਟਾ ਦਿਮਾਗ ਨਾਲ ਕੰਮ ਲਈਦਾ ਯਾਰ। ਅੱਛਾ ਰਾਣਾ ਜੀ, ਅਖੀਰ ਤੇ ਆਊਂਗਾ ਮੈਂ ਚੜ੍ਹਾਉਣ ਆਪਾਂ ਨਿਬੇੜਨ ਵਾਲੇ ਪਾਸੇ ਹੋਈਏ। ਪਾਰਲੀਮੈਂਟ ਦੇ ਵਿੱਚ ਤੁਸੀਂ ਪਹਿਲਾਂ ਸਪਸ਼ਟ ਕਰ ਚੁੱਕੇ ਹੋ ਉਮੀਦਵਾਰ ਤੁਸੀਂ ਆਪਦੇ ਪੁੱਤਰ ਨੂੰ ਚੋਣ ਲੜਾਉਣੀ ਹੈ। ਰਾਣਾ ਇੰਦਰ ਪ੍ਰਤਾਪ ਲੜੂਗਾ ਅਗਰ ਪਾਰਟੀ ਟਿਕਟ ਦਿੰਦੀ ਹੈ। ਬਾਪੂ ਪ੍ਰਚਾਰ ਕਰੇਗਾ? ਬਾਪੂ ਤਾਂ ਜਿਹਦੇ ਜਿਹੜਾ ਮੈਨੂੰ ਸਦੂਗਾ ਮੈਂਬਰ ਪਾਰਲੀਮੈਂਟ, ਇਕੱਲੇ ਪੁੱਤਲੀ ਨਹੀਂ ਜਿਹੜਾ ਜਿਹੜਾ ਸਦੂਗਾ ਉਹਦੇ ਜਾਓ। ਅੱਛਾ ਜੇ ਚਲੋ ਮੈਂ ਤਾਂ ਕਹਿੰਦਾ ਕਿ ਸਾਨੂੰ ਤਾਂ ਸਾਡਾ ਤਾਂ ਕੋਈ ਉਮੀਦਵਾਰ ਹੋਇਆ ਅਸੀਂ ਤਾਂ ਜਾ ਕੇ ਕਵਰੇਜ ਕਰਨੀ ਹੈ। ਜੇ ਟਿਕਟ ਨਹੀਂ ਮਿਲਦੀ, ਤੁਸੀਂ ਕਹਿੰਦੇ ਟਿਕਟ ਮਿਲਦੀ ਹੈ ਤਾਂ ਕਾਂਗਰਸ ਮੈਨ ਹੋਊਗੇ, ਕਾਂਗਰਸ 'ਚ ਆ ਜਾਣਗੇ। ਜੇ ਨਹੀਂ ਮਿਲਦੀ, ਕੀ ਰਾਣਾ ਇੰਦਰ ਪ੍ਰਤਾਪ ਫਿਰ ਵੀ ਕਾਂਗਰਸ 'ਚ ਵਾਪਸੀ ਕਰਨ ਦੀ ਤਿਆਰੀ ਹੈ? ਨਹੀਂ, ਜਦੋਂ ਕਾਂਗਰਸ 'ਚ ਵਾਪਸੀ ਕਰੇਗਾ ਜੀ ਫਿਰ ਉਹਨੂੰ ਇਲੈਕਸ਼ਨ ਲੜਨਾ ਪਊਗਾ ਜੀ। ਸੋ ਕਦਮ ਤਾਲ 'ਤੇ ਰਹੂਗਾ। ਨਹੀਂ ਸਮਝੇ? ਸਮਝ ਗਿਆ ਸਮਝ ਗਿਆ। ਅਜੇ ਖਰਚਾ ਬਚਾਓਗੇ ਇੱਕ ਜ਼ਿਮਨੀ ਚੋਣ ਦਾ? ਸਾਰੇ ਦਾ ਜ਼ਿਮਨੀ ਚੋਣ ਦਾ ਜੀ, ਅਤੇ ਉਹਨੂੰ ਇਹ ਇੰਡੀਪੈਂਡੈਂਟ ਹੀ ਰਹਿਣਾ ਪਊਗਾ ਜੀ। ਪਰ ਰਾਣਾ ਜੀ, ਉਹ ਜਿਹੜੀ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਕੁਰਸੀ ਲੀਡਰ ਨੂੰ ਮਿਲਣੀ ਹੈ ਪਰ ਬੋਝ ਆਮ ਜਨਤਾ 'ਤੇ ਪੈਂਦਾ, ਉਸ ਚੀਜ਼ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਗੱਲ ਕਰਨ ਦੀ ਜ਼ਰੂਰਤ ਹੈ? ਦੇਖੋ, ਜੇ ਆਪਾਂ ਇੱਕ ਇਹ ਬੋਝ ਪੈ ਰਿਹਾ ਇਹ ਵੀ ਗੱਲਾਂ ਗਲਤ ਆ ਜੀ। ਕਿੰਨਾ ਪੈਸਾ ਲੱਗਦਾ, ਕਿੰਨਾ ਸੈਲਰੀ 'ਚ ਜਾ ਰਿਹਾ, ਕਿੰਨਾ ਹੋਰ ਖਰਚੇ ਹੋ ਰਹੇ ਆ, ਉਹ ਸਾਰੇ ਲੈਂਦੇ। ਤਾਂ ਲੋਕਤੰਤਰ ਹੈ, ਲੋਕਤੰਤਰ ਨੂੰ ਕਾਇਮ ਰੱਖਣ ਲਈ ਤਾਂ ਇਲੈਕਸ਼ਨ ਹੁੰਦੇ ਆ। ਪਰ ਅੱਜ ਸਭ ਨੂੰ ਵੱਡੀ ਗੱਲ ਇਸ ਇਲੈਕਸ਼ਨ ਦੀ ਇਹ ਆ ਕਿ ਆਉਣ ਵਾਲੇ ਸਮੇਂ 'ਚ ਕੀ ਆਪਾਂ ਲੋਕਤੰਤਰ ਨੂੰ ਜੋ ਪਹਿਲਾਂ ਸੀ ਉਹਨੂੰ ਰੱਖਣਾ ਜਾਂ ਨਵੇਂ ਕਿਸਮ ਦਾ ਡਿਕਟੇਟਰ, ਵੋਟਾਂ ਪੈਣ 'ਚ ਵੀ ਡਿਕਟੇਟਰਸ਼ਿਪ ਹੋਵੇ, ਉਹ ਸਿਸਟਮ ਚਾਹੁੰਦੇ ਹੋ? ਇਹ ਫੈਸਲਾ ਇਸ ਪਰ ਹੋਣਾ। ਰਾਣਾ ਜੀ, ਬਹੁਤ ਕਾਫੀ ਟਾਈਮ ਲੈ ਲਿਆ, ਆਖਿਰ 'ਤੇ ਚੱਲਦੇ ਹਾਂ। ਦੋ ਚਾਰ ਸਿੱਧੇ ਜਿਹੇ ਸਵਾਲ ਨੇ, ਇੱਕ ਇੱਕ ਸ਼ਬਦ 'ਚ ਹੀ ਮੈਂ ਜਵਾਬ ਚਾਹੂੰਗਾ। ਜਿਵੇਂ ਪਿਛਲੀ ਵਾਰ ਤੁਸੀਂ ਟਿਕਟ ਮੰਗੀ ਆਪਦੇ ਲਈ ਵੀ ਪੁੱਤਰ ਲਈ ਵੀ, ਪਾਰਟੀ ਨੇ ਤੁਹਾਨੂੰ ਦੇ ਦਿੱਤੀ ਪੁੱਤਰ ਨੂੰ ਜਵਾਬ ਦੇ ਤਾ, ਜੇ ਦੁਬਾਰਾ ਸਿਚੁਏਸ਼ਨ ਆਉਂਦੀ ਹੈ ਟਿਕਟ ਦੇ ਲਈ ਤਾਂ ਆਪ ਰੱਖਣੀ ਹੈ ਕਿ ਪੁੱਤਰ ਨੂੰ ਦੇਣੀ ਹੈ? ਦੇਖੋ, ਜੇ ਪਾਰਟੀ ਦੋਨੋਂ ਟਿਕਟਾਂ ਦੇਣੀਆਂ ਚਾਹੀਏ, ਅਸੀਂ ਦੋਨੋਂ ਲੜ ਲਾਂਗੇ ਯਾਰ। ਰਾਣਾ ਜੀ, ਗੱਲ ਤਾਂ ਇਹ ਹੈ ਕਿ ਵੀ ਜੇ ਪਾਰਟੀ ਨੇ ਇੱਕ ਟਿਕਟ ਦਿੱਤੀ ਤਾਂ ਇੰਦਰ ਲੜੂਗਾ, ਜੇ ਨਹੀਂ ਦਿੱਤੀ ਤਾਂ ਭਾਈ ਕਾਂਗਰਸ ਦੀ ਤਗੜੇ ਹੋ ਕੇ ਸਪੋਰਟ ਕਰਾਂਗੇ। ਹੋਰ ਦੱਸੋ, ਪਹਿਲ ਇੰਦਰ ਦੀ ਫਿਰ ਬਾਪੂ ਲਿਸਟ ਕਰੇਗਾ? ਬਾਪੂ ਦੀ ਵੀ ਪਹਿਲ, ਦੋ ਟਿਕਟਾਂ ਦੇ ਦੇਣ, ਇੱਕ ਮੈਂ ਲੜ ਲੂੰ, ਇੱਕੋ ਜੇ ਇੱਕ ਮਿਲੀ ਤਾਂ ਇੰਦਰ ਲੜੂ। ਇੰਦਰ, ਸਿਆਸਤ ਪਹਿਲ ਹੈ ਜਾਂ ਕਾਰੋਬਾਰ? ਦੇਖੋ, ਜੇ ਘਰ ਰੋਟੀ ਨਾ ਪੱਕਦੀ ਹੋਵੇ ਤੇ ਲੋਕਾਂ ਦੇ ਚੁੱਲ੍ਹੇ ਵਾਲੀ ਵੇਖੀ ਜਾਓ ਤੇ ਇਦਾਂ ਦੀ ਸਿਆਸਤ ਰਹਿਣਾ ਤਾਂ ਕਰਦਾ ਨਹੀਂ। ਮਿਹਨਤ ਕਰਾਂਗੇ ਆਪਣਾ ਕਾਰੋਬਾਰ ਚਲਾਉਣ ਨੂੰ, ਆਪਣੇ ਬੱਚਿਆਂ ਨੂੰ। ਇੰਦਰ
5 ਦਿਨ ਦਫ਼ਤਰ 'ਚ ਬਹਿੰਦਾ ਅਤੇ 28 ਦਿਨ ਆਪਣੇ ਹਲਕੇ 'ਚ ਰਹਿੰਦਾ। ਔਰ ਇਹ ਕਰਨਾ ਕਾਰੋਬਾਰ ਨੂੰ ਪੈ ਕਾਰੋਬਾਰ 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 ਇਜ਼ ਵੈਰੀ ਇੰਪੋਰਟੈਂਟ। ਕਾਰੋਬਾਰ ਲੋਕਾਂ ਦੀ ਜੇਬਾਂ 'ਚ ਦੇਖਣ ਦਾ ਦੱਸ ਕੀ ਫਾਇਦਾ ਯਾਰ, ਹੋ ਕੀ ਰਿਹਾ ਕਾਰੋਬਾਰ ਜਾਂ ਖੇਤੀ, ਦੋਵਾਂ ਦੇ ਵਿੱਚੋਂ ਇੱਕ ਚੋਣਨਾ ਪਵੇ ਤਾਂ ਰਾਣਾ ਗੁਰਜੀਤ ਨੂੰ? ਰਾਣਾ ਗੁਰਜੀਤ ਕਾਰੋਬਾਰ ਮੇਰਾ ਖੇਤੀ ਵਾਲਾ ਹੀ ਆ। ਜੇ ਗੰਨਾ ਬਚਾਉਣਾ ਤੁਸੀਂ ਜੇ ਜੋੜ ਰੱਖਿਆ ਨਾ ਦੋਨਾਂ ਨੂੰ, ਜੇ ਗੰਨਾ ਬਚਾਉਣਾ ਤਾਂ ਉਹ ਪੀਣ, ਦੋਨਾਂ 'ਚ ਇੱਕ ਚੋਣਨਾ ਪਵੇ ਤਾਂ ਕਿਉਂ ਇੱਕ ਚੁਣੂ? ਮੈਂ ਤਾਂ ਦੋ ਹੋਰ ਜੋੜੂ, ਨਹੀਂ ਆਉਂਦੇ ਤੁਸੀਂ ਇੱਕ ਤੇ। ਅੱਛਾ ਸੀਟਾਂ 'ਤੇ ਆ ਜਾਓ, ਆਨੰਦਪੁਰ ਸਾਹਿਬ ਖਡੂਰ ਸਾਹਿਬ ਦੋਵਾਂ 'ਚੋਂ ਪਾਰਟੀ ਦੀ ਮਰਜ਼ੀ, ਦੇਖੋ ਦੋਵਾਂ 'ਚੋਂ ਇੱਕ ਚੋਣੀ ਪਵੇ, ਜੋ ਕਹਿੰਦੇ ਦੋਨਾਂ 'ਚੋਂ ਇੱਕ ਦੱਸੋ ਕਿਹੜੀ ਲੈਣੀ ਹੈ। ਪਾਰਟੀ ਦੇ ਅੱਗੇ ਜਿੱਦ ਨਹੀਂ ਹੁੰਦੀ, ਨਹੀਂ ਹੋ ਸਕਦੀ। ਜੀ ਕਿੱਥੋਂ ਕਰਦਾ? ਛੱਡੋ ਯਾਰ, ਖਾਲਸੇ ਵਾਲੀ ਜਨਮਭੂਮੀ ਜਾਂ ਦੋਨੇ ਧਾਰਮਿਕ, ਦੋਨੋਂ ਮੇਰੇ ਲਈ ਇੱਕ ਤੋਂ ਉਹ ਇੱਕ ਦੂਜੇ ਤੋਂ ਉੱਪਰ ਹੈ। ਅੱਛਾ ਲੀਡਰ ਜਦੋਂ ਵਿਧਾਨ ਸਭਾ ਦੇ ਵਿੱਚ ਬੈਠਾ ਹੁੰਦਾ ਉਹ ਪਾਰਲੀਮੈਂਟ ਚੋਣ ਲੜਨ ਦੀ ਇੱਛਾ ਜ਼ਾਹਰ ਕਰਦਾ, ਜਦੋਂ ਪਾਰਲੀਮੈਂਟ 'ਚ ਹੁੰਦਾ ਤਾਂ ਅਗਲੀ ਵਾਰੀ ਵਿਧਾਨ ਸਭਾ ਦੀ ਇੱਛਾ ਜ਼ਾਹਰ ਕਰਦਾ ਕਿ ਜਿੱਤ ਕੇ ਮੰਤਰੀ ਬਣੂੰਗਾ। ਪਾਰਲੀਮੈਂਟ ਜਾਂ ਵਿਧਾਨ ਸਭਾ ਲਈ ਮੰਤਰੀ ਬਣਨ ਲਈ ਕੋਈ ਬੰਦਾ ਪਾਰਲੀਮੈਂਟ ਛੱਡ ਕੇ ਸਟੇਟ 'ਚ ਨਹੀਂ ਆਉਂਦਾ, ਜਿਨ੍ਹਾਂ ਨੇ ਮੁੱਖ ਮੰਤਰੀ ਬਣਨਾ ਹੁੰਦਾ ਉਹ ਆਉਂਦੇ ਆ। ਪਾਰਲੀਮੈਂਟ ਨੂੰ ਤੁਸੀਂ ਪ੍ਰੈਫਰ ਕਰਦੇ ਹੋ ਜਾਂ ਵਿਧਾਨ ਸਭਾ? ਜਿਵੇਂ ਨਵਜੋਤ ਸਿੰਘ ਸਿੱਧੂ ਕਹਿੰਦੇ ਸੀ ਮੈਂ ਪਾਰਲੀਮੈਂਟ ਛੱਡੀ ਹੈ। ਮੈਂ ਪਾਰਲੀਮੈਂਟ ਛੱਡੀ, ਕੈਪਟਨ ਅਮਰਿੰਦਰ ਸਿੰਘ ਨੇ ਵੀ ਛੱਡੀ, ਮੁੱਖ ਮੰਤਰੀ ਬਣ ਲਈ ਛੱਡੀ ਨਾ। ਤੁਹਾਡੀ ਪਾਰਲੀਮੈਂਟ ਦਾ ਆਪਣਾ ਚਾਰਮ ਹੈ। ਹੁਣ ਇੰਦਰ ਵਰਗੇ ਜੋ ਏਜ ਆ ਔਰ ਜਿਸ ਹਿਸਾਬ ਦੀ ਉਹਦੀ ਸੋਚ ਆ, ਪਾਰਲੀਮੈਂਟ ਦੇ ਵਿੱਚ ਬੋਲਣ ਲਈ ਬੜੇ ਮੁੱਦੇ ਹੁੰਦੇ ਆ, ਜਿਨ੍ਹਾਂ ਨੂੰ ਸਹੀ ਟਾਈਮ 'ਤੇ ਚੱਕਣਾ, ਫੋਰਸਫੁਲੀ ਚੱਕਣਾ ਆਪਣੇ ਸੂਬੇ ਔਰ ਆਪਣੇ ਦੇਸ਼ ਦੇ ਹਿੱਤ 'ਚ। ਔਰ ਉਹਦੇ ਬਾਅਦ ਗੱਲ ਹੈ ਕਿ ਵੀ ਸਟੇਟ ਦੇ ਵੀ ਆਪਣਾ ਆਪਣਾ ਚਾਰਮ ਹੈ, ਸਟੇਟ 'ਤੇ ਇੰਨੀ ਕਿਹਾ। ਪ੍ਰੈਫਰੈਂਸ ਮੇਰੀ, ਮੈਂ ਤਾਂ ਹੁਣ ਸੂਬੇ 'ਚ ਹੀ ਹਾਂ, ਵਿਧਾਨ ਸਭਾ, ਵਿਧਾਨ ਸਭਾ 'ਚ। ਬਹੁਤ ਬਹੁਤ ਸ਼ੁਕਰੀਆ ਰਾਣਾ ਜੀ। ਤਾਂ ਚਲੋ ਦੇਖਦੇ ਹਾਂ ਜੀ, ਹਾਲੇ ਟਿਕਟਾਂ ਅਨਾਊਂਸ ਹੋ ਲੈਣ, ਉਸ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡੇ ਨਾਲ ਬੈਠਾਂਗੇ। ਤਾਂ ਰਾਣਾ ਗੁਰਜੀਤ ਸਿੰਘ ਸਾਫ ਤੌਰ 'ਤੇ ਕਹਿੰਦੇ ਨੇ ਕਿ ਪਾਰਲੀਮੈਂਟ ਚੋਣ ਲੜਨ ਦੀ ਇੱਛਾ ਰੱਖਦੇ ਹੈ ਪਰ ਪੁੱਤਰ ਲਈ, ਟਿਕਟ ਮੰਗਦੇ ਹੈ ਪਰ ਪੁੱਤਰ ਲਈ, ਸ਼੍ਰੀ ਅਨੰਦਪੁਰ ਸਾਹਿਬ ਜਾਂ ਖਡੂਰ ਸਾਹਿਬ। ਸਭ ਤੋਂ ਉੱਤੇ ਕਹਿੰਦੇ ਨੇ ਕਿ ਰਾਣਾ ਗੁਰਜੀਤ ਸਿੰਘ ਵਿਧਾਨ ਸਭਾ 'ਚ ਰਹੇਗਾ ਔਰ ਪੁੱਤਰ ਪਾਰਲੀਮੈਂਟ ਜਾਏਗਾ ਜੇ ਟਿਕਟ ਮਿਲਦੀ ਹੈ ਕਾਂਗਰਸ ਪਾਰਟੀ ਦੇ ਵੱਲੋਂ। ਹਾਲ ਫਿਲਹਾਲ ਦੀ ਘੜੀ ਉਹ ਆਜ਼ਾਦ ਵਿਧਾਇਕ ਨੇ, ਪਰ ਫਿਰ ਵੀ ਕਹਿੰਦੇ ਨੇ ਕਿ ਕਾਰੋਬਾਰ ਜਿਹੜਾ ਉਹਨੂੰ ਤਵੱਜੋ ਦੇਣੀ ਲਾਜ਼ਮੀ ਹੈ, ਹਿੱਤ ਪਹਿਲਾਂ ਪੰਜਾਬ ਦੇ ਜ਼ਰੂਰੀ ਨੇ। ਫਿਲਹਾਲ ਦੇਖਦੇ ਹਾਂ ਕਾਂਗਰਸ ਕੀ ਫੈਸਲਾ ਲੈਂਦੀ ਹੈ। ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਘਰ ਵਾਪਸੀ ਕਰਵਾਉਂਦੇ ਨੇ ਟਿਕਟ ਦੇ ਕੇ ਜਾਂ ਫਿਰ ਕੋਈ ਹੋਰ ਸਿਆਸੀ ਦਾ ਖੇਡਿਆ ਜਾਏਗਾ।